ਜੰਗਲਾਂ ਵਿੱਚ ਹੀ ਸਾਡੇ ਮਗਰ ਉਹਨੇ ਆ ਗਿਆ ਉਹਨੇ ਕੁੱਤੇ ਮਗਰ ਛੱਡਤੇ ਅੱਛਾ ਕੁੱਤੇ ਛੱਡੇ ਖਾਓ 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 ਵੀ ਸਾਨੂੰ ਲੱਗ ਗਿਆ ਪਤਾ ਵੀ ਹੁਣ ਉਹਨੇ ਕੁੱਤੇ ਛੱਡ ਦਿੱਤੇ ਆ ਮਗਰ ਉਹਨਾਂ ਦੱਸਿਆ ਵੀ ਸਾਡੇ ਕਲੀ ਸਰਬੀਆ ਜਾ ਕੇ ਸਾਰੇ ਪੈਸੇ ਲੈ ਲੈ ਸਰਬੀਆ ਜਦੋਂ ਅਸੀਂ ਐਂਟਰ ਹੋ ਗਏ ਹਾਂ ਕਹਿੰਦਾ ਜੀ ਪੈਸੇ ਦਿਓ ਅੱਛਾ ਦੂਜੇ ਪੰਜਾਬ ਦੀਆਂ ਅੱਛਾ ਪੰਜਾਬ ਦੀਆਂ ਕੁੜੀਆਂ ਇੱਕ ਸਾਡੇ ਨਾਲ ਹੋਰ ਸੀਗੀ ਆਪਣੇ ਏਰੀਏ ਦੀ ਅਤੇ ਉਹ 8 ਮਹੀਨਿਆਂ ਦੀ ਪ੍ਰੈਗਨੈਂਟ ਸੀ ਕੁੜੀ ਉਹ ਨਾਲ ਸਾਡੇ ਨਾਲ ਉਹ ਵੀ ਡੌਂਕੀ ਲਾਉਣ ਨੂੰ ਤਿਆਰ ਉਹਦੇ ਨਾਲ ਘਰ ਵਾਲਾ ਉਹਦਾ ਅੱਛਾ ਅਤੇ ਨਾਲ ਉਹ ਅਤੇ ਮਤਲਬ ਇਹ ਨਹੀਂ ਉੱਥੇ ਬਹੁਤ ਆ ਮਤਲਬ ਹੋਰ ਨਿਕਲ ਕੇ ਨਿਆਣੇ ਲੈ ਕੇ ਵੀ ਤੁਰੀਆਂ ਅੱਛਾ ਦੋ ਦੋ ਸਾਲ ਦੇ ਢਾਈ ਢਾਈ ਸਾਲ ਦੇ ਨਿਆਣੇ ਲੈ ਕੇ ਵੀ ਤੁਰੇ ਉਹ ਆਲੇ ਦੁਆਲੇ ਗੱਡੀਆਂ ਚੱਲਦੀਆਂ ਗੱਬੇ ਰਾਹ ਆਉਂਦਾ ਜੀ ਉੱਥੇ ਬੈਠੇ ਹਾਂ ਅਤੇ ਅਸੀਂ ਕਿਹਾ ਵੀ ਇਹ ਤਾਂ ਔਖਾ ਆ ਦਿਨ ਚੜ੍ਹਨ ਲੱਗ ਪਿਆ ਮਤਲਬ ਦਿਨ ਹੋ ਗਿਆ ਅਸੀਂ ਕੀ ਕੀਤਾ ਇੱਦਾਂ ਪਹਾੜ ਸੀਗਾ ਪਰੇ ਨੂੰ ਅਸੀਂ ਉੱਥੋਂ ਹੌਲੀ ਹੌਲੀ ਇਕੱਲੇ ਇਕੱਲੇ ਕਰਕੇ ਅਸੀਂ ਉਹ ਟੱਪ ਟੱਪ ਕੇ ਜਾਲ ਅਸੀਂ ਪਹਾੜ ਦੇ ਅੰਦਰ ਵੜ ਗਏ ਵੀ ਅਸੀਂ ਦਿਹਾੜੀ ਫਿਰ ਉੱਥੇ ਕੱਟੀ ਬੁਰੇ ਹਾਂ ਸਾਡੇ ਕੋਲ ਖਾਣ ਨੂੰ ਕੁਛ ਵੀ ਨਾ ਪੱਤੇ ਪੁੱਤੇ ਵੀ ਨਹੀਂ ਖਾ ਹੁਣ ਤਾਂ ਪੱਤੇ ਵੀ ਨਹੀਂ ਹੈਗੇ ਇੱਦਾਂ ਜਿਹੜੇ ਰਸ ਹੋਵੇ ਉਹ ਸੁੱਕੇ ਜਿਹਾ ਹੀ ਆ ਅਤੇ ਮਸੀਂ ਇੱਦਾਂ ਕੱਟ ਕੁੱਟ ਕੇ ਅਤੇ ਇਹਨਾਂ ਨੂੰ ਏਜੰਟਾਂ ਨੂੰ ਫੋਨ ਕਰਦਾ ਸਾਡੀ ਰੋਟੀ ਆ ਗਈ ਡੌਂਕਰ ਨੂੰ ਕਹਿਤਾ ਇਹ ਨਹੀਂ ਪਤਾ ਵੀ ਪੁਲਿਸ ਕਿੱਥੋਂ ਆ ਜਾਂਦੇ ਸੀ ਉਹ ਉੱਪਰੋਂ ਉੱਚੀ ਪਹਾੜੀ ਤੋਂ ਦੇਖ ਲੈਂਦੇ ਆ ਇਹ ਬੰਦੇ ਆਉਂਦੇ ਆ ਹੁਣ ਜੀ ਸਾਨੂੰ ਮੋਹਰੇ ਆਣ ਕੇ ਮਿੰਟ ਇੱਕ ਜੱਫਾ ਲਾਉਂਦੇ ਆ ਬਸ ਮੋਹਰੇ ਖੜ ਜਾਂਦੇ ਆਣ ਕੇ ਇੰਨਾ ਸ਼ੁਕਰ ਜਿਹੜੇ ਡਿੱਗੀ ਪੈ ਸੀਗੇ ਉਹ ਬੰਦੇ ਸੀ ਮੁੰਡੇ ਉਹ ਕਹਿੰਦੇ ਜੇ ਹੈ ਨਾ ਸਾਨੂੰ 10 ਮਿੰਟ ਪੁਲਿਸ ਵਾਲੇ ਨਾ ਕੱਢਦੇ 5 ਮਿੰਟ ਵੀ ਅਸੀਂ ਮਰ ਜਾਣਾ ਸੀ ਅੱਛਾ ਜੇ ਮਤਲਬ ਉੱਥੇ ਲੋਕੀ ਤੜਫਦੇ ਵੀ ਅਸੀਂ ਦੇਖੇ ਆ ਬਹੁਤ ਦੁਨੀਆ ਭੁੱਖੀ ਆ ਮਤਲਬ ਉੱਥੇ ਸਾਡੇ ਮਗਰ ਉਹ ਜਿਹੜੇ ਅਫਵਾਨੀ ਉੱਧਰਲੇ ਬੰਦੇ ਲੁੱਟਾਂ ਖੁਹਾ ਵਾਲੇ ਉਹ ਵੀ ਮਗਰ ਪੈ ਗਏ ਅੱਛਾ ਅਸੀਂ ਸੀਗੇ ਕਰਕੇ ਜ਼ਿਆਦਾ ਸਾਡੇ ਉੱਥੇ ਹੱਡ ਹੁੱਡਾ ਵਾ ਗਾਉਣ ਪਏ ਰਾਤ ਨੂੰ ਸਾਨੂੰ ਲੱਗੇ ਡਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਸਿੰਘ ਢਿੱਲੋਂ ਅੱਜ ਤੁਹਾਡਾ ਫੇਰ ਸਵਾਗਤ ਕਰਦਾ ਹਾਂ ਇੱਕ ਵੀਡੀਓ ਦੇ ਵਿੱਚ ਦਰਅਸਲ ਜਿਨ੍ਹਾਂ ਨੇ ਮੇਰੀਆਂ ਪੁਰਾਣੀਆਂ ਵੀਡੀਓ ਦੇਖੀਆਂ ਆ ਉਹਨਾਂ ਨੂੰ ਪਤਾ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਯੂਰਪ ਜਾ ਕੇ ਆਇਆ ਅਤੇ ਮੈਂ ਪੁਰਤਗਾਲ ਗਿਆ ਸੀਗਾ ਪੁਰਤਗਾਲ ਦੀ ਜਿਹੜੀ ਵੀਡੀਓ ਪਾਈ ਸੀ ਵੀਡੀਓ ਪਾਉਣ ਤੋਂ ਬਾਅਦ ਵਿੱਚ ਮੈਨੂੰ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਕਿ ਭਾਅ ਜੀ ਯੂਰਪ ਸਸਤੇ ਦੇ ਵਿੱਚ ਕਿੱਦਾਂ ਜਾਇਆ ਜਾ ਸਕਦਾ ਜਾਂ ਫਿਰ ਯੂਰਪ ਪਹੁੰਚਣ ਲਈ ਕਿਹੜਾ ਰਾਹ ਵਧੀਆ ਆ ਅਤੇ ਬਹੁਤ ਸਾਰੇ ਭਰਾ ਹਾਲੇ ਵੀ ਕਮੈਂਟ ਕਰਕੇ ਪੁੱਛਦੇ ਆ ਜਾਂ ਮੈਸੇਜ ਕਰਦੇ ਆ ਕਿ ਭਾਈ ਜੀ ਸਰਬੀਆ ਵਾਲਾ ਰਾਹ ਕਿੱਦਾਂ ਆ ਅਤੇ ਸਰਬੀਆ ਵਾਲੇ ਰਾਹ ਉੱਥੋਂ ਬੰਦੇ ਲੰਘਦੇ ਆ ਇਸ ਟਾਈਮ ਜਾਂ ਨਹੀਂ ਲੰਘਦੇ ਮੈਂ ਕਿਸੇ ਨੂੰ ਵੀ ਸਲਾਹ ਨਹੀਂ ਦਿੰਦਾ ਕਿ ਤੁਸੀਂ ਡੌਂਕੀ ਰਾਹੀਂ ਜਾਓ ਹਾਂ ਜੇ ਤੁਸੀਂ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਕੁਛ ਕੁ ਡਾਕੂਮੈਂਟ ਚਾਹੀਦੇ ਆ ਜਿਹਦੇ ਲਈ ਮੈਂ ਆਲਰੇਡੀ ਪਹਿਲਾਂ ਵੀ ਇੱਕ ਵੀਡੀਓ ਕਰ ਚੁੱਕਾ ਹਾਂ ਉਹ ਤੁਸੀਂ ਯੂਟਿਊਬ 'ਤੇ ਜਾ ਕੇ ਪੁਰਾਣੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਅਤੇ ਅੱਜ ਆਪਣੇ ਨਾਲ ਇੱਕ ਭਰਾ ਆਇਆ ਅਤੇ ਇਹ ਭਰਾ ਤੁਹਾਨੂੰ ਦੱਸੂਗਾ ਇਹ ਥੋੜ੍ਹੇ ਦਿਨ ਪਹਿਲਾਂ ਅੱਜ ਤੋਂ ਕੋਈ ਭਾਅ ਜੀ ਕਿੰਨਾ ਚਿਰ ਪਹਿਲਾਂ ਮਤਲਬ 2 ਮਹੀਨੇ ਰੱਖ ਲਓ ਆਇਆ 2 ਮਹੀਨੇ ਹੋ ਗਏ ਰੱਖ ਲਓ ਅਤੇ ਇਹ ਭਰਾ 2 ਕੁ ਮਹੀਨੇ ਪਹਿਲਾਂ ਇੱਦਾਂ ਹੀ ਕਿਸੇ ਏਜੰਟ ਦੇ ਝਾਂਸਿਆਂ ਦੇ ਵਿੱਚ ਆ ਕੇ ਅਤੇ ਇੱਥੋਂ ਚਲਾ ਗਿਆ ਸੀਗਾ ਸਰਬੀਆ ਅਤੇ ਇਹ ਸਾਰੀ ਗੱਲਬਾਤ ਅੱਜ ਬਾਈ ਨਾਲ ਕਰਾਉਂਦੇ ਹਾਂ ਅਤੇ ਬਾਈ ਦੱਸੂਗਾ ਆਪਣੀ ਹੱਡ ਬੀਤੀ ਅਤੇ ਕਿੱਦਾਂ ਕਿੱਦਾਂ ਡੌਂਕੀ ਲਾਈ ਅਤੇ ਕੀ ਕੀਤਾ ਅਤੇ ਸਾਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਉਂਦੇ ਹਾਂ ਸਭ ਤੋਂ ਪਹਿਲਾਂ ਭਾਅ ਜੀ ਆਪਣਾ ਕੀ ਨਾਂ ਆ ਜੀ ਮੈਂ ਨਾਂ ਜੀ ਗਗਨਦੀਪ ਗਗਨਦੀਪ ਕਿਹੜਾ ਪਿੰਡ ਆ ਲੰਗੇਰੀ ਲੰਗੇਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੈਂ ਕੈਮਰਾ ਤੁਹਾਡੇ ਵਾਲੇ ਪਾਸੇ ਕਰਦਾ ਮੈਨੂੰ ਮੈਂ ਉੱਦਾਂ ਵੀ ਕੈਮਰੇ ਦੇ ਪਿੱਛੇ ਰਹਿ ਕੇ ਜ਼ਿਆਦਾ ਕੰਫਰਟੇਬਲ ਫੀਲ ਕਰਦਾ ਅਤੇ ਹਾਂਜੀ ਦੀਪੇ ਭਾਅ ਜੀ ਕਿੱਦਾਂ ਹਾਲ ਚਾਲ ਬਸ ਠੀਕ ਹੈ ਜੀ ਪਹਿਲਾਂ ਤਾਂ ਕਿੱਦਾਂ ਕੰਮ ਕਾਰ ਹੁਣ ਸੈੱਟ ਆ ਹੁਣ ਤਾਂ ਸੈੱਟ ਆ ਕੰਮ ਹਾਂ ਅਤੇ ਹੁਣ ਇੱਕ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਕੱਲੀ ਇਕੱਲੀ ਗੱਲ ਦੱਸਣੀ ਪੈਰ ਚੱਕਰ ਲੱਗਾ ਸੀ ਤੁਹਾਡੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸੋ ਪੈਰ ਚੱਕਰ ਸਾਡਾ ਇੱਦਾਂ ਲੱਗਾ ਜਿੱਦਾਂ ਬਸ ਇੱਦਾਂ ਜਾਂਦੇ ਆਉਂਦੇ ਸੀ ਮੁੰਡੇ ਮੈਨੂੰ ਇੱਕ ਮੁੰਡੇ ਨੇ ਕਿਹਾ ਵੀ ਚੱਲ ਤੂੰ ਉੱਧਰ ਗਲੀਸ ਦਾ ਦੇਖ ਲਾ ਵੀ ਬਸ ਇੱਦਾਂ ਮੁੰਡੇ ਦਾ ਬਾਹਰੋਂ ਫੋਨ ਆਇਆ ਕਹਿੰਦਾ ਇੱਦਾਂ ਕਰਕੇ ਦੇਖ ਲਾ ਵੀ ਠੀਕ ਹੈ ਮੈਂ ਵੀ ਜਾਣਾ ਅਤੇ ਤੂੰ ਵੀ ਚੱਲ ਚੱਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਹਿੰਦਾ ਕੋਈ ਗੱਲ ਨਹੀਂ ਜੇ ਹੱਲਾ ਸੱਲਾ ਆਪਾਂ ਥੋੜ੍ਹਾ ਬਹੁਤਾ ਹੈਲਪ ਤੇਰੀ ਕਰ ਦੇਵਾਂਗੇ ਮੈਂ ਕਿਹਾ ਚੱਲ ਠੀਕ ਆ ਮੈਨੂੰ ਉਹਨੇ ਏਜੰਟ ਦਾ ਨੰਬਰ ਦਿੱਤਾ ਕਹਿੰਦਾ ਉਹਦੇ ਕੋਲ ਜਾ ਕੇ ਆ ਮੈਂ ਉਹਦੇ ਕੋਲ ਨੂੰ ਚੱਲ ਗਿਆ ਬੈਠੇ ਬੈਠੇ ਇੱਦਾਂ ਇੱਕ ਦਿਨ ਲੱਗ ਗਿਆ ਉੱਧਰ ਨਵੇਂ ਸ਼ਹਿਰ ਰੋਡ 'ਤੇ ਹੀ ਉਹਦਾ ਪਿੰਡ ਅਤੇ ਮੈਂ ਉਹਦੇ ਕੋਲ ਚੱਲ ਗਿਆ ਅਤੇ ਉਹਨਾਂ ਮੈਂ ਗੱਲਬਾਤ ਕੀਤੀ ਕਹਿੰਦਾ 6.5 ਲੱਖ ਰੁਪਇਆ ਲਵਾਂਗੇ ਜਿੱਦਣ ਦਿਨ ਤਾਂ ਜਾਣਾ ਉੱਦਣ ਸਾਡੇ ਘਰ ਰੱਖ ਦਾਂਗੇ ਮਤਲਬ ਟੋਟਲੀ ਪੈਸੇ ਤੁਹਾਨੂੰ ਯੂਰਪ ਦੇ ਵਿੱਚ ਵਾੜਨ ਦੇ 6.5 ਲੱਖ ਰੁਪਏ ਦੀ ਗੱਲ ਹੋ ਗਈ 6.5 ਲੱਖ ਗਲੀਸ ਦੀ ਹੋ ਗਈ ਠੀਕ ਅਤੇ ਕਹਿੰਦਾ ਵੀ 6.5 ਲੱਖ ਰੁਪਇਆ ਤੈਂ ਜਦੋਂ ਤੁਰਨਾ ਤੂੰ ਸਾਡੇ ਘਰ ਰੱਖ ਰਹੇ ਆ ਅੱਛਾ ਇਹ ਚੀਜ਼ ਥੋੜ੍ਹਾ ਮੈਂ ਫੇਰ ਭਾਅ ਜੀ ਤੁਹਾਨੂੰ ਟੋਕਾਂ ਇਹ ਜਿਹੜੇ ਦੇਵ ਬਾਈ ਦੇਖਦੇ ਆ ਇਹ ਦੱਸ ਦੇਣਾ ਇਹ ਬਾਈ ਨੇ 6.5 ਲੱਖ 'ਚ ਸਿਰਫ ਗਰੀਸ ਜਾਣਾ ਸੀ ਜੇ ਤੁਸੀਂ ਕੋਈ ਬੰਦਾ ਕਵੇ ਕਿ ਗਰੀਸ ਯੂਰਪ ਆ ਯੂਰਪ 'ਚ ਉੱਥੇ ਜਾ ਕੇ ਤੁਸੀਂ ਗਾਹਾਂ ਕਿਤੇ ਵੀ ਜਾ ਸਕਦੇ ਇੱਦਾਂ ਨਹੀਂ ਹੈਗਾ ਤੁਸੀਂ ਗਰੀਸ ਦੇ ਚਾਰੇ ਪਾਸੇ ਹੈਗਾ ਸਮੁੰਦਰ ਤੁਸੀਂ ਗਰੀਸ ਤੋਂ ਫਿਰ ਹੋਰ ਕਿਤੇ ਯੂਰਪ ਨੂੰ ਨਿਕਲਣਾ ਸਪੇਨ ਨੂੰ ਜਾਂ ਪੁਰਤਗਾਲ ਜਾਣ ਲਈ ਤਾਂ ਫਿਰ ਗਰੀਸ ਤੋਂ ਵੀ 3-4 ਹਜ਼ਾਰ ਯੂਰੋ ਲੱਗ ਜਾਂਦਾ 3-4 ਹਜ਼ਾਰ ਯੂਰੋ ਉੱਥੋਂ ਲੱਗਦਾ
ਠੀਕ ਹੈ ਆਪਾਂ ਗੱਲ ਉੱਥੋਂ ਹੀ ਕੰਟੀਨਿਊ ਕਰੀਏ ਤੇ ਤੁਸੀਂ ਦੱਸਦੇ ਸੀ ਕਿ 6.5 ਲੱਖ ਦੇ ਵਿੱਚ ਗੱਲ ਹੋ ਗਈ ਗ੍ਰੀਸ ਤੱਕ ਜਾਣ ਦੀ ਗਲੀ ਨਹੀਂ ਇਹਨਾਂ ਇਹ ਕਹਿੰਦਾ ਸੀ ਪੈਸੇ ਇੱਥੇ ਰੱਖਣੇ ਪੈਣੇ ਆ ਮੈਂ ਕਿਹਾ ਵੀ ਕੰਮ ਗਲਤ ਆ ਪੈਸੇ ਤੋਂ ਰੱਖ ਕੇ ਤੇ ਤੇਰੇ ਕੋਲ ਹੀ ਆ ਸਾਡੇ ਕੋਲ ਕੁਝ ਨਹੀਂ ਰਿਹਾ ਵੀ ਅਸੀਂ ਨਹੀਂ ਇੱਦਾਂ ਕਰਨਾ ਤੇ ਮੈਂ ਕਿਹਾ ਚਲੋ ਇੱਦਾਂ ਮੈਂ ਹੋਰ ਸੱਜਣ ਮਿੱਤਰ ਨਾਲ ਗੱਲ ਕੀਤੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆਪਣੇ ਸਾਡਾ ਬੰਦਾ ਜੀ ਆਪਾਂ ਉਹਨਾਂ ਗੱਲ ਕਰ ਉਹਨਾਂ ਉਹਨੇ ਗੱਲ ਕੀਤੀ ਅਤੇ ਕਹਿੰਦਾ ਵੀ ਤੁਹਾਡੇ ਪੈਸੇ ਸਾਰੇ ਟੋਟਲੀ ਆਪਾਂ ਤੁਹਾਡੇ ਜਾ ਕੇ ਹੀ ਲੈਣੇ ਅੱਛਾ ਦੂਸਰੇ ਏਜੰਟ ਨੇ ਕਹਿ ਦਿੱਤਾ ਕਿ ਮੈਂ ਉਹ ਹੋਰ ਏਜੰਟ ਦੀ ਗੱਲ ਕਰਦੇ ਆ ਹੋਰ ਏਜੰਟ ਦੀ ਤੇ ਉਹਦੇ ਨਾਲ ਕਿੰਨੇ ਪੈਸਿਆਂ 'ਚ ਗੱਲ ਹੋਈ ਉਹਨਾਂ ਵੀ ਇੰਨੇ 'ਚ ਉਹਨਾਂ ਵੀ 6.5 ਲੱਖ 'ਚ ਹੋਈ ਉਹਨੇ ਕਿਹਾ ਵੀ ਪੈਸੇ ਤੁਹਾਡੇ ਤੁਹਾਨੂੰ ਪਹੁੰਚਾ ਕੇ ਲੈਣੇ ਆ ਤੁਹਾਨੂੰ ਪਹੁੰਚਾ ਕੇ ਲੈਣੇ ਆ ਠੀਕ ਜਿਹੜੇ ਤੁਸੀਂ ਜੀਰੋ ਇੱਥੋਂ ਲੈ ਕੇ ਜਾਣੇ ਆ ਉਹ ਲੈ ਕੇ ਜਾਣੇ ਆ ਠੀਕ ਹੈ ਚਲੋ ਠੀਕ ਹੈ ਉਹ ਸਾਡੇ ਕੋਲ ਹੀ ਰਹਿਣੇ ਆ ਅਸੀਂ ਜੀ ਮਤਲਬ 1,65,000-70,000 ਦੇ ਜੀਰੋ 2,000 ਲਿਆ ਦੋ ਦੋ ਹਜ਼ਾਰ ਜੀਰੋ ਅਤੇ ਅਸੀਂ ਇੱਥੋਂ ਆਪਣੀ ਟੈਕਸੀ ਕਿਰਾਏ ਦਿੱਲੀ ਚੱਲ ਗਏ ਹਾਂ ਦਿੱਲੀਓਂ ਉਹ ਕਹਿੰਦਾ ਵੀ ਚਲੋ ਅਸੀਂ ਕਿਹਾ ਚੱਲ ਠੀਕ ਹੈ ਤੁਹਾਨੂੰ ਪਹੁੰਚੇ ਤਾਂ ਪੈਸੇ ਦੇਣੇ ਸੀ ਕਿਹੜਾ ਪਹਿਲਾਂ ਦੇਣੇ ਆ ਵੀ ਉਹ ਠੀਕ ਆ ਅਤੇ ਉਹ ਚਲੋ ਜੀ ਹੋ ਗਏ ਗੱਲਬਾਤ ਉਹਨੇ ਜੀ ਵੀਜ਼ਾ ਮੰਗਾ ਦਿੱਤਾ ਸਾਨੂੰ ਟੂਰਿਸਟ ਕਹਿੰਦਾ ਚਲੋ ਜੀ ਦਿੱਲੀ ਚੱਲ ਚਲੋ ਵੀ ਸਾਡੀ ਹੁਣ ਕੱਲ੍ਹ ਨੂੰ ਤੁਸੀਂ ਜਾਣਾ ਆ ਅਸੀਂ ਕਿਹਾ ਚਲੋ ਠੀਕ ਆ ਵੀਜ਼ਾ ਕਿੱਥੇ ਦਾ ਮੰਗਾ ਦਿੱਤਾ ਪਹਿਲਾਂ ਟੂਰਿਸਟ ਵੀਜ਼ਾ ਦੁਬਈ ਦਾ ਅੱਛਾ ਦੁਬਈ ਦਾ ਠੀਕ ਹੈ ਪਹਿਲਾਂ ਦੁਬਈ ਗਏ ਓਕੇ ਨਹੀਂ ਉਹ ਕੋਈ ਨਹੀਂ ਉਹ ਦੱਸੋ ਹਾਂ ਦੁਬਈ ਚੱਲ ਗਏ ਦੁਬਈ ਤੋਂ ਅਸੀਂ ਗਾਹਾਂ ਨਹੀਂ ਨਹੀਂ ਟੂਰਿਸਟ ਵੀਜ਼ਾ ਮੰਗਾ ਦਿੱਤਾ ਉੱਥੋਂ ਸ਼ੁਰੂ ਕਰੋ ਟੂਰਿਸਟ ਵੀਜ਼ਾ ਤਾਂ ਅਸੀਂ ਦੁਬਈ ਗਏ ਹਾਂ ਹਾਂ ਠੀਕ ਹੈ ਉੱਥੇ ਅਸੀਂ ਦਿਹਾੜੀ ਦੋ ਦਿਨ ਰਹੇ ਹਾਂ ਅਤੇ ਉਹਨੇ ਗਾਹਾਂ ਅਰਮੀਨੀਆ ਦਾ ਉੱਥੋਂ ਕੱਢਤਾ ਸਾਨੂੰ ਓਕੇ ਓਕੇ ਅਰਮੀਨੀਆ ਅਸੀਂ ਰਹੇ 15 ਦਿਨ ਗਾਹਾਂ ਅਰਮੀਨੀਆ ਅਸੀਂ 15 ਦਿਨ ਰਹੇ ਉੱਥੇ ਮਤਲਬ ਥੋੜ੍ਹਾ ਬਹੁਤਾ ਉਹ ਉੱਦਾਂ ਕਹਿੰਦੇ ਵੀ ਤੁਹਾਡੇ ਇੰਨਾ ਸਾਡਾ ਰੋਟੀ ਪਾਣੀ ਕਹਿੰਦੇ ਸਾਡਾ ਹੀ ਆ ਉੱਥੇ ਹੈ ਹੂ ਹੈ ਨਹੀਂ ਮਾੜਾ ਮੋਟਾ ਉਹਨੇ ਇੱਦਾਂ ਰੱਖ ਦੇਣਾ ਸਮਾਨ ਸਮੂਨ ਅਤੇ ਬਾਕੀ ਆਪਣਾ ਲਿਆ ਲਿਆ ਕੇ ਬਣਾਈ ਚਲੋ ਠੀਕ ਹੈ ਕੋਈ ਚੀਜ਼ ਘੱਟ ਆ ਉਹ ਬਣਾ ਲਓ ਅਤੇ ਚਲੋ ਅਸੀਂ ਸਾਡੇ ਕੋਲ ਸੀਗੇ ਪੈਸੇ ਅਸੀਂ ਉਹਦੇ ਵਿੱਚ ਲੈ ਆਉਂਦੇ ਸਮਾਨ ਸਮੂਨ ਅਰਮੀਨੀਆ 15 ਦਿਨ ਜਿੱਥੇ ਤੁਹਾਨੂੰ ਰੱਖਿਆ ਉਹ ਜਿੱਥੇ ਤੁਹਾਨੂੰ ਤੁਸੀਂ ਰਹੇ ਆ 15 ਦਿਨ ਉਹ ਕਿੱਦਾਂ ਦਾ ਮਤਲਬ ਕੋਈ ਘਰ ਸੀ ਜਾਂ ਹੋਟਲ ਸੀ ਜਾਂ ਕੀ ਸੀਗਾ ਜਿੱਥੇ ਤੁਹਾਨੂੰ ਰੱਖਿਆ ਉਹ ਮਤਲਬ ਉਦੇ ਜਿੱਦਾਂ ਮਤਲਬ ਉਹਨੀ ਘਰ ਜਿਹਾ ਹੀ ਆ ਛੋਟਾ ਜਿਹਾ ਉਹ 'ਚ ਲੱਗੇ ਉਹ ਬੈਡ ਜਿੱਦਾਂ ਅੱਜ ਇੱਕ ਥੱਲੇ ਉੱਪਰ ਥੱਲੇ ਉਹਦੇ 'ਚ ਹੋਰ ਵੀ ਮੁੰਡੇ ਸੀ ਉੱਥੇ ਹੋਰ ਵੀ ਹੁੰਦੇ ਆ ਠੀਕ ਹੈ ਹਾਂਜੀ ਸਾਰੇ ਮੁੰਡੇ ਹੋਰ ਵੀ ਆ ਕਈਆਂ ਜਿੱਦਾਂ ਜਿੱਥੇ ਜਿੱਥੇ ਜਾਣੇ ਆ ਉੱਥੇ ਇਕੱਠੇ ਹੁੰਦੇ ਆ ਉਹਨੇ ਜਿਹੜੇ ਮੋਹਰੇ ਏਜੰਟੇ ਉਹਨੇ ਆਪਣੇ ਕਈ ਅੱਜ 1-2 ਘਰ ਲਏ ਉਹ ਆ ਉੱਧਰ ਉਹ ਵੀ ਉਹ ਦੇਖਭਾਲ ਕਰਦੇ ਆ ਉਹ ਗਾਹਾਂ ਉਹਨੀ ਟਿਕਟਾਂ ਕਰਾ ਕੇ ਸਰਬੀਆ ਭੇਜਦੇ ਆ ਠੀਕ ਆ ਉਹਨੇ ਸਾਨੂੰ ਬਾਅਦ 15 ਦਿਨਾਂ ਬਾਅਦ ਉਹਨੇ ਸਾਨੂੰ ਸਰਬੀਆ ਭੇਜਿਆ ਠੀਕ ਆ ਸਰਬੀਆ ਅਸੀਂ ਜਾ ਕੇ ਉਹਨੇ ਸਾਨੂੰ ਮਤਲਬ ਇੱਕ ਮਤਲਬ ਸ਼ਾਮ ਨੂੰ ਹੀ ਪਹੁੰਚੇ ਹਾਂ ਉਹਨੇ ਸਾਨੂੰ ਉੱਥੇ ਸਵੇਰ ਰਾਤ ਉੱਥੇ ਕੱਟੀ ਆ ਉਹਨੇ 12 ਵਜੇ ਤੋਂ ਉੱਥੋਂ ਹੋਟਲ ਚੈੱਕਆਊਟ ਕਰਕੇ ਸਾਨੂੰ ਉਹਨੇ ਤੋਰ ਦਿੱਤਾ ਵੀ ਸਾਡੀ ਰਾਤ ਨੂੰ ਉੱਥੋਂ ਡੌਂਕੀ ਆ ਜਿੱਦਾਂ ਬੱਸ ਆ ਕਾਫੀ ਦੂਰ ਜਾਣਾ ਹੁੰਦਾ ਤੁਰ ਕੇ ਉਹਨੇ ਸਾਨੂੰ ਬੱਸ ਦੀਆਂ ਅਸੀਂ ਆਪਣੀਆਂ ਟਿਕਟਾਂ ਲਈਆਂ ਖਾਣ ਪੀਣ ਨੂੰ ਆਪ ਲਿਆ ਉਹ ਸਾਰੀ ਰਾਤ 8 ਵਜੇ ਚੜ੍ਹੇ ਹਾਂ ਜਾ ਕੇ ਮਤਲਬ ਮਕਡੋਨੀਆ ਦੇ ਗਲੀ ਮਕਡੋਨੀਆ ਦੇ ਬਾਰਡਰ 'ਤੇ ਗਲੀ ਦੇ ਦਸਾਈ ਅੱਛਾ ਅਰਮੀਨੀਆ ਤੋਂ ਤੁਸੀਂ ਗਏ ਮਕਡੋਨੀਆ ਜਾਣਾ ਸੀ ਸਰਬੀਆ ਤੋਂ ਗਾਹਾਂ ਮਕਡੋਨੀਆ ਜਾਣਾ ਸੀ ਓਕੇ ਗਲੀ ਆਹ ਸਰਬੀਆ ਦੇ ਬਾਰਡਰ 'ਤੇ ਲੱਗ ਛੱਗ ਉਹਨੇ ਸਾਨੂੰ ਲਾ ਦਿੱਤਾ ਠੀਕ ਬੱਸ ਗਈ ਆ ਉੱਥੋਂ ਨਹੀਂ ਮਤਲਬ ਅਸੀਂ ਮਤਲਬ ਸ਼ਾਮ ਨੂੰ 8 ਵਜੇ ਬੈਠੇ ਹਾਂ ਅਤੇ ਤੜਕੇ ਅਸੀਂ 3-1 ਵਜੇ ਪਹੁੰਚ ਗਏ ਹਾਂ ਉੱਥੇ ਉਹਨੇ ਟੈਕਸੀ ਭੇਜੀ ਆ ਉਹ ਲੱਗ ਗਏ ਸਾਨੂੰ ਉੱਥੇ ਕੋਈ ਹੋਰ ਡੌਂਕਰਾਂ ਦੇ ਉੱਥੇ ਬੈਠੇ ਆ ਉਹ ਸਾਨੂੰ ਉੱਥੇ ਛੱਡ ਆਉਂਦਾ ਉਹਨੇ ਠੀਕ ਆ ਉੱਥੇ ਆਲ ਆਊਟ ਦਾ ਕਮਰਾ ਜਿਹਾ ਉਹ 'ਚ ਕਿੰਨੇ ਜਾਣੇ ਪਏ ਆ ਡੌਂਕਰ ਮੋਹਰੇ ਆ ਉਹ ਰਾਤ ਨੂੰ ਸਾਨੂੰ ਉਹਨੇ 6 ਵਜੇ ਉੱਥੋਂ ਕੱਢ ਦਿੰਦੇ ਆ ਠੀਕ ਆ 6 ਵਜੇ ਸ਼ਾਮ ਜੇ ਨੂੰ ਉਹਦੇ ਮਤਲਬ ਉਹ ਕਹਿੰਦੇ ਜੀ ਇੱਥੋਂ ਸਾਨੂੰ ਲੋਕੇਸ਼ਨਾਂ ਦਿੰਦੇ ਆ ਵੀ ਤੁਸੀਂ ਉਹਨੇ ਸਾਨੂੰ ਉੱਥੋਂ ਕੱਢ ਕੇ ਤਾਂ ਲਾਈਨਾਂ ਨੇ ਤੋੜ ਦਿੱਤਾ ਵੀ ਸਾਡੀ ਏਜੰਟ ਨਾਲ ਗੱਲ ਹੋਈ ਸੀ ਕਹਿੰਦਾ 1.5 ਘੰਟੇ ਤੋਂ ਵਾਧੂ ਨਹੀਂ ਤੋੜਦੇ ਅੱਛਾ ਠੀਕ ਹੈ ਵੀ ਚਲੋ ਠੀਕ ਆ 1.5 ਘੰਟਾ ਤਾਂ ਕੋਈ ਗੱਲ ਨਹੀਂ ਤੋੜ ਲਵਾਂਗੇ 1.5 ਨਾ ਹੋਊਗਾ 2 ਹੋਊਗਾ 2.5 ਹੋਣਗੇ 3 ਹੋਣਗੇ ਅਸੀਂ ਇੱਥੇ ਤਾਂ ਮੰਨ ਕੇ ਚੱਲਿਆ ਵੀ ਥੋੜ੍ਹਾ ਬਹੁਤਾ ਝੂਠ ਬੋਲਦੇ ਅੱਧਾ ਤਾਂ ਝੂਠ ਆ ਵੀ 3 ਹੋਣਗੇ ਅਸੀਂ ਕਿਹਾ ਵੀ ਚਲੋ ਕਹਿੰਦੇ ਵੀ ਚਲੋ ਅਸੀਂ ਜੀ ਰਾਤ ਨੂੰ ਸਾਨੂੰ ਤੋੜ ਦਿੱਤਾ ਉੱਦਣ ਲੱਗ ਪਿਆ ਮੀਂਹ ਪੈਣ ਮੀਂਹ 'ਚ ਸਾਨੂੰ ਕੱਢ ਦਿੱਤਾ ਇਹਨੇ ਅਸੀਂ ਜੀ ਤੁਰੇ ਗਏ ਮਤਲਬ ਚੰਗੀ ਵਾਰ ਤੁਰੇ ਹਾਂ ਸਾਨੂੰ ਮਕਡੋਨੀਆ ਦੇ ਬਾਰਡਰ 'ਤੇ ਜਾ ਕੇ ਅਸੀਂ ਰੁਕੇ ਹਾਂ ਠੀਕ ਜੰਗਲਾਂ ਜਿਹਾ ਵਿੱਚ ਸਾਨੂੰ ਛੱਡ ਕੇ ਤਾਂ ਉੱਥੇ ਕਹਿੰਦੇ ਟੈਕਸੀ ਆਉਣੀ ਇੱਥੇ ਬਹਿ ਜਾਓ ਅਸੀਂ ਜੀ ਉੱਥੇ ਹੁਣ ਇੱਕ ਤਾਂ ਉੱਥੇ ਸਾਡੇ ਨਾਲ ਅਸੀਂ 5 ਮੁੰਡੇ 5-2 ਕੁੜੀਆਂ ਨਾਲ ਠੀਕ ਆ ਅਤੇ ਉਹ ਮਤਲਬ ਇੱਧਰਲੀਆਂ ਕੁੜੀਆਂ ਅੱਛਾ ਕੁੜੀਆਂ ਵੀ ਸੀ ਡੌਂਕੀ ਦੇ ਵਿੱਚ ਆਹ 2 ਸਾਡੇ ਪਹਿਲਾਂ ਉਦੋਂ ਹਲਕੀਆਂ ਕੁੜੀਆਂ ਸੀਗੀਆਂ ਸਾਡੇ ਨਾਲ ਉਹ ਵੀ 16-17 ਸਾਲਾਂ ਦੀਆਂ ਸੀ ਅੱਛਾ ਉਹ ਪੰਜਾਬ ਦੀਆਂ ਜਾਂ ਫਿਰ ਕਿੱਥੇ ਦੀਆਂ ਉਹ ਦੀਆਂ ਨੇਪਾਲ ਦੀਆਂ ਹਾਂ ਇੱਧਰਲੀਆਂ ਸੀਗੀਆਂ ਉਹਨਾਂ ਨੂੰ ਭਾਸ਼ਾ ਭੂਸ਼ਾ ਵੀ ਨਹੀਂ ਕੋਈ ਸਮਝ ਲੱਗਦੀ ਸੀ ਇੰਗਲਿਸ਼ ਵਿੱਚ ਥੋੜ੍ਹੀ ਬਹੁਤੀ ਗੱਲ ਕਰਦੇ ਉਹ ਸਾਡੇ ਨਾਲ ਸੀਗੀਆਂ ਅਸੀਂ ਉੱਥੇ ਥੱਲੇ ਪੁਲ 'ਤੇ ਖੜ੍ਹੇ ਹਾਂ ਅਤੇ ਮੀਂਹ ਮੂੰਹ ਪਵਾ ਪੂਰਾ ਅਸੀਂ ਗਿੱਲੇ ਹੋਏ ਹਾਂ ਉੱਥੇ ਪਾਕਿਸਤਾਨੀ ਹੋਰ ਆਏ ਆ ਉਹ ਆ ਗਿਆ ਜੀ ਉਹ ਕਹਿੰਦੇ ਜੀ ਵੀ ਤੁਸੀਂ ਉਹਨੇ ਦੇਖਿਆ ਵੀ ਇਹਦੇ ਨਾਲ ਕੁੜੀਆਂ ਵੀ ਆ ਪਹਿਲਾਂ ਤਾਂ ਕੁਛ ਨਹੀਂ ਕਹਿਣਾ ਜਦੋਂ ਨਹੀਂ ਕੁੜੀਆਂ ਦੇਖ ਲਏ ਆ ਉਹ ਜੀ ਵੀ ਚਲੋ ਉਹ ਇੱਕ ਉਹਨਾਂ 'ਚੋਂ ਚੱਲ ਗਿਆ ਠੀਕ ਹੈ ਵੀ ਇੱਕ ਕਹਿੰਦਾ ਵੀ ਤੁਸੀਂ ਇੱਥੇ ਬੈਠੋ ਵੀ ਮੈਂ ਆ ਗਿਆ ਅਤੇ ਅਸੀਂ ਉਸ ਡੌਂਕਰ ਨੂੰ ਫੋਨ ਕੀਤਾ ਸੀਗਾ ਇੱਦਾਂ ਦਾ ਬੰਦਾ ਆਇਆ ਉਹ ਮੜ ਗਿਆ
वो कहने तुम इतों निकल लो थोड़े न कुड़ियाँ आ भी ये पाँच चार बंदे लैके आ गया सू लुटन गए भी नाले कोई कुड़िया ना भी मतलब कोई कर सकते बदतमीजी कर बदतमीजी कर सकते सानू जी असं वो कहें भी तुम बैठो कि असं नहीं बैठना असी जी इदा ही निकले कहता रोड से चल जाओ थोड़ा बचा तो आया असं रोड से गए हूँ ग्यारह बारह बजे वो रात दे रोड से मीह पैन लगा गड्डिया तेज लंघी जानी असं क्या भी साड़ी वो कहते टैक्सी आ जानी है टैक्सी ना आवे बारह एक बज गया जी सानू इदा ही मीह च खड़े इतना खेत खूत घूमद्या तो फिर असं क्या भी ये डौकरा ने फोन इन्हें एजेंटा ने फोन चकने बंद करते कहते भी हम नहीं टैक्सी आनी भी तुम इतने कि मतलब ठीक है भी तो कम बड़ा खराब है वो कुड़िया का भी एक एजेंट से उन्हें दसिया भी तुम इतना जाई चलो अभी फिर तुरे सवेर के छे बजे से पहला मतलब बारह घंटे साडा खज्जल खराब रहे हैं छे बजे उन्हें कड़ दिता शाम शाम तो सवेर के छे बजे से साडा अही कम रहा अच्छा तो वो एक इदा उन्होंने वो फार्म कोठी फार्म से वो मतलब इदा बंद पे आ किन्ने वो सानू उन्हें दस्या भी इदा चल जाओ असं उत्थे जा के बह गए तो उत्ते गेट गुट है उत्ते अंदर बढ़ गए हैं उत्ते बाकी भी कुछ होर भी उत्थे आते आते होंगे तो एरिया उत्ते मतलब उत्थे कोई नहीं आल वाले अजाड़े ही है ठीक तो असं क्या चलो जी उत्थे बैठे बुठे उत्थे थोड़े चार बाद जिदा असं साडे कपड़े गिले थे कपड़े सारे एक वर्दियाँ अभी अपने कपड़े कुपड़े दन चोड़ के टंगे उस गए तो असं इदा बैठे हाँ उधर उधर आ गए मकडोनिया की पुलिस अच्छा मकडोनिया ਤੁਸੀਂ ਹੱਲੇ ਮਕਡੋਨੀਆ ਚ ਐਂਟਰ ਹੋਣਾ ਸੀ ਮਕਡੋਨੀਆ ਚ ਮਾਤਰ ਐਂਟਰ ਹੋ ਗਿਆ ਸੀ ਅੱਛਾ ਐਂਟਰ ਹੋ ਗਿਆ ਸੀ ਰਾਤ ਨੂੰ ਤੁਰ ਤੁਰ ਕੇ ਹਾਂ ਮਕਡੋਨੀਆ ਚ ਅਸੀਂ ਐਂਟਰ ਹੋ ਗਏ ਮਕਡੋਨੀਆ ਕਾਫੀ ਅਸੀਂ ਮਤਲਬ ਪਾਰ ਵੀ ਕਰ ਲਿਆ ਹੁਣ 10 12 ਘੰਟੇ ਤੁਰੇ ਵੀ ਆ ਅੱਛਾ ਤੇ ਬੈਠ ਕੇ ਫਿਰ ਮਾਤਰ ਇੱਥੇ ਖੱਜਲ ਖਵਾਰੀ ਸਾਰੀ ਰਾਤ ਹੁੰਦੇ ਰਹੇ ਆ ਸਵੇਰ ਤੇ ਤੇ ਉਹ ਆ ਗਿਆ ਜੀ ਸਾਡੇ ਕੋਲ 12 ਵਜੇ ਕਿਉਂਕਿ ਰਾਤ ਦਿਨੇ ਤਾਂ ਤੁਰੇ ਹੋਣਾ ਦਿਨੇ ਫੜਨੇ ਰਾਤ ਨੂੰ ਤੋਰਦੇ ਆ ਤੇ ਦਿਨੇ ਅਸੀਂ ਬੈਠੇ ਰਹੇ ਕੱਪੜੇ ਕੁਪੜੇ ਸੁੱਕਣ ਗਏ ਸੀਗਾ ਚਲੋ ਜੀ ਮਾੜਾ ਮੋਟਾ ਤੇ ਖਾਣ ਪੀਣ ਜਿਹੜਾ ਮਾੜਾ ਮੋਟਾ ਸੀ ਲੈ ਕੇ ਤੁਰੇ ਅਸੀਂ ਉਹੀ ਅਸੀਂ ਖਾਧਾ ਤੇ ਉਧਰ ਪੁਲਿਸ ਆ ਗਈ ਉਹ ਕਹਿੰਦੇ ਜੀ ਵੀ ਸਾਨੂੰ ਅਸੀਂ ਡਰ ਗਏ ਸਾਨੂੰ ਨਹੀਂ ਪਤਾ ਵੀ ਪੁਲਿਸ ਵਾਲਿਆਂ ਸੀਗਾ ਵੀ ਨਹੀਂ ਚੱਕ ਕੇ ਮਾਰਨਾ ਸਾਨੂੰ ਪਹਿਲੀ ਵਾਰੀ ਵਾਰ ਪਤਾ ਨਹੀਂ ਸੀ ਉਹਨੇ ਜੀ ਸਾਡੇ ਕੋਲ ਜ਼ੀਰੋ ਲੈ ਲਿਆ ਅੱਛਾ ਪੁਲਿਸ ਨੇ ਤਾਂ ਜ਼ੀਰੋ ਕੱਢ ਲਿਆ ਉਹ ਕਹਿੰਦੇ ਵੀ ਸਾਨੂੰ ਇੰਨੇ ਜ਼ੀਰੋ ਦਿਓ ਵੀ ਤੁਹਾਨੂੰ ਛੱਡ ਦਿੰਦੇ ਆ ਵੀ ਤੁਸੀਂ ਸ਼ਾਮ ਨੂੰ ਨਿਕਲ ਜਾਣਾ ਉਹ ਉੱਥੇ ਕਿਤੇ ਪੰਜਾਬ ਪੁਲਿਸ ਵਾਲੇ ਤਾਂ ਨਹੀਂ ਭਰਤੀ ਹੋਏ ਉਹ ਵੀ ਪੈਸੇ ਬਹੁਤ ਲੈਂਦੇ ਉਹ ਵੀ ਜ਼ੀਰੋ ਉਹ ਵੀ ਦੇਖ ਕੇ ਮਰਦੇ ਆ ਅੱਛਾ ਉਧਰਲੀ ਪੁਲਿਸ ਵੀ ਤੇ ਉਹ ਕਹਿੰਦੇ ਵੀ ਸਾਨੂੰ 700 ਜ਼ੀਰੋ ਦਿਓ ਵੀ ਤੁਹਾਨੂੰ ਛੱਡ ਦਿੰਦੇ ਜਿੰਨੇ ਬੰਦੇ ਸੀ ਤੁਸੀਂ ਕਿੰਨੇ ਜਾਣੇ ਸੀ ਟੋਟਲ ਅਸੀਂ ਹੋਈ ਗਿਆ ਸੀ ਮਤਲਬ 6-7 ਜਣੇ ਸੀ ਦੋ ਤਿੰਨ ਕੁੜੀਆਂ ਸੀਗੀਆਂ ਠੀਕ ਹੈ 10 ਜਣੇ 10 ਜਣੇ ਰੱਖ ਲਓ ਤੇ ਅਸੀਂ ਸੀਗੇ ਇਦਾਂ ਤੇ ਮਤਲਬ ਉਹਨੇ ਕਿਹਾ ਸਾਡੇ ਕੋਲ ਅਸੀਂ ਜ਼ੀਰੋ ਦਿੱਤੇ ਉਹਨਾਂ ਨੂੰ ਅਸੀਂ ਅੱਧੇ ਇਕੱਠੇ ਮੁੱਠੇ ਕਰਕੇ ਜਿਹੜੇ ਸੀਗੇ ਮਾੜੇ ਮੋਟੇ ਟੁੱਟੇ ਗੁੱਠੇ ਕਰਕੇ ਅਸੀਂ ਤਾਂ ਸਾਰੇ ਖਾਲੀ ਨਹੀਂ ਜਿੰਨਾ 700 ਮੰਗਿਆ 700 ਹੀ ਦੇਣਾ ਪਿਆ ਜਾਂ ਫਿਰ ਉਹਨਾਂ ਨੂੰ ਘੱਟ ਵੱਧ ਕਰ ਲਿਆ ਸੀ ਨਹੀਂ ਅਸੀਂ ਦਿੱਤਾ ਇਹਨੂੰ 700 ਸਾਨੂੰ ਡਰ ਸੀਗਾ ਅੱਛਾ ਪਹਿਲੀ ਵਾਰੀ ਫੜਿਆ ਉਹਨਾਂ ਨੂੰ ਡਰ ਸੀਗਾ ਸਾਨੂੰ ਇਦਾਂ ਦਾ ਪਤਾ ਨਹੀਂਗਾ ਭੇਤੀ ਤਾਂ ਬਾਅਦ ਚ ਅਸੀਂ ਹੋਏ ਆ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਵੀ ਇਦਾਂ ਆ ਫਿਰ ਅਸੀਂ ਕਿਹਾ ਵੀ ਚਲੋ ਅਸੀਂ ਸਾਰਿਆਂ ਨੇ ਦੇਖਿਆ ਵੀ ਦੇ ਦਿਓ ਸਾਡੇ ਕੋਲ ਤਾਂ ਮੇਰੇ ਕੋਲ ਤਾਂ ਸਾਡੇ ਕੋਲ ਅਸੀਂ 2000 ਲੈ ਕੇ ਸੀਗੇ ਸਰਬੀਆ ਜਾ ਕੇ ਸਾਡੇ ਕੋਲ ਲੈ ਲੈ ਅੱਛਾ ਉਹਨਾਂ ਨੇ ਲੈ ਲਿਆ ਸੀ ਉਹਨੇ ਲੈ ਲਿਆ ਸੀਗੇ ਤੇ ਸਾਨੂੰ ਕੋ ਦਿੱਤਾ 100-100 ਠੀਕ ਆ 100-100 ਜੀਰੋ 100-100 ਦੇ ਵਿੱਚ ਉੱਥੇ ਟੈਕਸੀ ਲਈ ਆ 50 ਜੀਰੋ ਉਹਨੇ ਲੈ ਲਿਆ 50 ਸਾਡੇ ਜਦੋਂ ਗਾਹਾਂ ਉਹਨੇ ਛੱਡੇ ਆ 50 ਉਹਨੇ ਸਾਡੇ ਕੋਲ ਲੈ ਲਿਆ ਅੱਛਾ ਅਸੀਂ ਖਾਲੀ ਹੋ ਗਏ ਤੇ ਅਸੀਂ ਦੋ ਮੁੰਡੇ ਖਾਲੀ ਹੋ ਗਏ ਬਾਕੀਆਂ ਤੋਂ ਸੀਗੇ ਜਿੱਦਾਂ ਏਜੰਟਾਂ ਨੂੰ ਦਿੱਤੇ ਸੀਗੇ ਸਾਡੇ ਏਜੰਟਾਂ ਨੂੰ ਦਿੱਤੇ ਨਹੀਂ ਅਸੀਂ ਕਿਹਾ ਵੀ ਚਲੋ ਕੁਛ ਨਹੀਂ ਕਹਿਣਾ ਇੱਦਾਂ ਹੀ ਵਾ ਕੋਈ ਨਹੀਂ ਸਾਨੂੰ ਕਰੀ ਜਾਣ ਅਸੀਂ ਉਹਨੂੰ ਦਿੱਤੇ ਕਹਿੰਦਾ ਤੁਸੀਂ ਪੈਸੇ ਕਹਿੰਦੇ ਦਿੱਤੇ ਤੁਹਾਨੂੰ ਕੀ ਲੋੜ ਸੀ ਅਸੀਂ ਕਿਹਾ ਵੀ ਸਾਨੂੰ ਹੁਣ ਕਿਆ ਪਤਾ ਤੁਸੀਂ ਪਹੁੰਚ ਕੇ ਤੁਸੀਂ ਆਪ ਵੀ ਫੋਨ ਨਹੀਂ ਚੱਕਦੇ ਤਾਂ ਡਰੇ ਹੋ ਸੀਗੇ ਵੀ ਅਸੀਂ ਚੱਕ ਕੇ ਅੰਦਰ ਮਾਰਨਾ ਵੀ ਅਸੀਂ ਇੱਥੇ ਫਸ ਜਾਣਾ ਅਸੀਂ ਡਰਦੇ ਮਾਰਨ ਦੇ ਦਿੱਤੇ ਕੋਈ ਨਹੀਂ ਜੀ ਫਿਰ ਸਾਨੂੰ ਜੀ ਫਿਰ ਮੀਂਹ ਪਵੇ ਸਾਨੂੰ ਫਿਰ ਤੋਰਤਾ ਸਵਾਰ ਨੂੰ ਸ਼ਾਮ ਨੂੰ 6 ਵਜੇ ਕਹਿੰਦੇ ਤੁਰ ਪਾ ਜੀ ਟੈਕਸੀ ਆਉਣੀ ਆ ਕਹਿੰਦਾ ਗੱਡੀ ਆਉਣੀ ਆ ਵੀ ਤੁਸੀਂ ਉੱਧਰ ਚੱਲ ਜਾਓ ਅਤੇ ਕਲੀਅਰ ਗੱਡੀ ਜਦੋਂ ਮੀਂਹ ਪੈਂਦਾ ਨਾ ਟੈਕਸੀ ਨਹੀਂ ਆਉਂਦੀ ਅੱਛਾ ਜਦੋਂ ਮੀਂਹ ਪੈਂਦਾ ਕਿਉਂਕਿ ਗੱਡੀ ਖਰਾਬ ਹੋ ਜਾਂਦੀ ਅਗਲਿਆਂ ਦੀ ਸਾਡੀ ਚੱਕੜ ਮਿੱਟੀ ਘੱਟੇ ਨਾਲ ਲਿਬੜੇ ਹੁੰਦੇ ਆ ਗੱਡੀ ਵਾਲਾ ਨਹੀਂ ਲੈ ਕੇ ਆਉਂਦਾ ਜੇ ਮੀਂਹ ਪੈਂਦਾ ਹੈ ਨਾ ਮੈਂ ਸਮਝ ਲਓ ਹੈ ਨਾ ਟੈਕਸੀ ਨਹੀਂ ਆਉਣੀ ਹੈਗੀ ਅੱਛਾ ਹਾਂ ਇਹ ਕਹਿੰਦੇ ਚਲੋ ਜੀ ਸਾਨੂੰ ਉੱਦਣ ਵੀ ਇੱਦਾਂ ਹੀ ਨਹੀਂ ਤੋਰ ਲਿਆ ਉਹ ਮਾਰੇ ਇੱਦਾਂ ਤੁਰੇ ਤੁਰੇ ਗਿਆ ਸੀ 11-12 ਵਜੇ ਤੇ ਫਿਰ ਤੁਰੇ ਰਾਤ ਦੇ ਇੱਦਾਂ ਸਾਡੀਆਂ ਲੱਤਾਂ ਪੈਲ ਪੈਲ ਭੁੱਖੇ ਪਾਣੇ ਅਸੀਂ ਬਥੇਰੇ ਅਤੇ ਸਾਨੂੰ ਵਾਟਿਓ ਅਸੀਂ ਆਏ ਹਾਂ ਅਤੇ ਸਾਨੂੰ ਕਿਸੇ ਬੰਦੇ ਕੋਲ ਪੈਸੇ ਗਏ ਉਹ ਕਹਿੰਦਾ ਵੀ ਇੱਦਾਂ ਦਾ ਕਰਕੇ ਇੱਥੋਂ ਲੈ ਲਓ ਅਤੇ ਅਸੀਂ ਉੱਥੋਂ ਥੋੜ੍ਹਾ ਜਿਹਾ ਸਮਾਨ ਲਿਆ ਅਤੇ ਫਿਰ ਅਸੀਂ ਸਮਾਨ ਲੈ ਕੇ ਸੀਗਾ ਚੱਲ ਜਿੱਥੇ ਰੁਕਾਂਗੇ ਉੱਥੇ ਟੈਕਸੀ ਆਉਣੀ ਆ ਵੀ ਉਹ ਕਿਤੇ ਉੱਥੇ ਬੈਠ ਕੇ ਖਾਵਾਂਗੇ ਹੁਣ ਤੁਰੇ ਹੋ ਅਸੀਂ ਤੁਰੇ ਰਹੋ ਬੰਦੇ ਕਹਿੰਦੇ ਵੀ ਆਪਾਂ ਬੈਠਣਾ ਨਹੀਂ ਮੂਹਰੇ ਟੈਕਸੀ ਆ ਗਏ ਅਤੇ ਅਸੀਂ ਲੇਟ ਹੋਣਾ ਰਹਿ ਜਾਵਾਂਗੇ ਅਸੀਂ ਤੁਰੇਗਾ ਉੱਥੇ ਗਾਹਾਂ ਇੱਕ ਸਕੂਲ ਸੀਗਾ ਪੁਰਾਣਾ ਜਿਹਾ ਬਹੁਤ ਪੁਰਾਣਾ ਬੰਦ ਹੋਇਆ ਪਿਆ ਅਤੇ ਸਾਨੂੰ ਜੀ ਉੱਥੇ ਕਾਚਾ ਬਾਗ ਹੁਣ ਥੱਲੇ ਸ਼ੀਸ਼ੇ ਟੁੱਟੇ ਪਏ ਅਤੇ ਉੱਥੇ ਸਾਨੂੰ ਵਾੜਤਾ ਕਹਿੰਦੇ ਇੱਥੇ ਵੜ ਜਾਓ ਟੈਕਸੀ ਜਦੋਂ ਆਏ ਤੁਹਾਨੂੰ ਫੋਨ ਕਰ ਦੇਣਾ ਇੱਥੋਂ ਨਿਕਲਿਓ
किलोमीटर भेज देना गाहां जर जाना जी इत्थे आ गए फिर गाहां भेज देनी लोकेशन हां हूं मतलब हूं 30 किलोमीटर तुरना है मतलब उन्हें 10-10 किलो की करके भेजनी ठीक है 10-10 मीटर चलो जो जाना उत्थे भेज दिता अं मीह चो मुंडे भुखे कहते मरण वाले हुए पे अभी उन्होंने आप दी रोटी पानी उन्हें माड़ा मोटा खाधा तो बुरे हाल उन्होंने भी साढ़े टैक्सी आनी असं 11 जने उ मतलब होर बढ़ गए थोड़े जा 2 जने वह बैठे जी 9-10 जने 11-12 जने हो गए तो फिर असी उत्ते सानू कोई नहीं सानू सानू इतना पता नहीं टैक्सी आनी नहीं मीह पैंदा करके आ जानी है बैठे रहो 2 बज गए जागद 3 बज गए भी सू क्या हूँ नहीं टैक्सी आनी जागदे बाद च बंद कर देने इन्हों का काम कुम का कोई नहीं यकीन कोई नहीं दसिया सर्बिया जाके सारे पैसे ले लै सर्बिया जो असि एंटर हो गए कहते पैसे दो ਦੂਜੇ ਦਿਨ ਆਪਾਂ ਉੱਥੇ ਫਿਰ 3 ਵੱਜ ਗਏ ਤੇ ਫਿਰ ਟੈਕਸੀ ਕੋਈ ਨਹੀਂ ਆਈ ਹਾਂ ਕੋਈ ਨਹੀਂ ਅਸੀਂ ਅੱਧੇ ਭੁੱਖੇ ਭਾਣੇ ਫਿਰ ਅਸੀਂ ਉੱਥੇ ਰਹੇ ਠੀਕ ਹੈ ਜਿਹੜਾ ਮਾੜਾ ਮੋਟਾ ਹੀ ਖਾ ਲਿਆ ਸਾਰਿਆਂ ਨੇ ਤੇ ਫਿਰ ਸਾਨੂੰ ਉੱਥੇ ਪਾਣੀ ਵੀ ਨਹੀਂ ਮਿਲਦਾ ਪੀਣ ਅੱਛਾ ਕਿਉਂਕਿ ਉਹ ਸਕੂਲ ਦੇ ਅਸੀਂ ਅੰਦਰ ਬੈਠੇ ਹਾਂ ਆਲਰ ਦਾ ਰੋਡ ਆ ਉਹ ਇਤਨਾ ਆ ਵੀ ਉੱਥੇ ਕਿਸੇ ਨੂੰ ਪਤਾ ਨਹੀਂ ਲੱਗੇ ਅੰਦਰ ਬੈਠੇ ਸ਼ਾਂਤੀ ਨਾਲ ਬੈਠੇ ਰਹਿਣਾ ਬੋਲਣਾ ਨਹੀਂ ਕੁਛ ਨਹੀਂ ਅਸੀਂ ਇੱਦਾਂ ਬੈਠੇ ਬੁੱਠ ਰਹੇ ਫਿਰ ਦੂਏ ਦਿਨ ਜਾ ਕੇ ਜਦੋਂ 2 ਦਿਨ ਅਸੀਂ ਅੱਧੇ ਖੱਜਾ 30 ਦਿਨ ਫਿਰ ਸਾਨੂੰ ਭੇਜਿਆ ਫਿਰ ਟੈਕਸੀ ਆਈ ਆ ਉਹ ਵੀ ਚੰਗੀ ਵਾਰ ਉੱਥੋਂ ਵੀ ਸਕੂਲ ਤੋਂ ਕਾਫੀ ਵਾਰ ਫਿਰ ਤੁਰੇ ਹਾਂ ਅਸੀਂ ਮਤਲਬ 2-3 ਘੰਟੇ ਫਿਰ ਤੁਰ ਕੇ ਅਸੀਂ ਫਿਰ ਟੈਕਸੀ ਲੱਗ ਛੱਗੇ ਉੱਥੇ ਕੁੱਤੇ ਭੌਂਕਣਾ ਵਾ ਗਾਉਣ ਅਤੇ ਫਿਰ ਸਾਨੂੰ ਟੈਕਸੀ ਆਈ ਆ ਉਹ ਲੈ ਕੇ ਗਈ ਆ ਉਹ ਜੀ ਲੈ ਕੇ ਗਿਆ ਥੋੜ੍ਹੀ ਬਾਰ ਗਾਹਾਂ ਜਿਹਾ ਮਤਲਬ ਟੂਰ ਪੈ ਜਿਹਦੇ ਨਾਕਾ ਲੱਗਾ ਹੁੰਦਾ ਉੱਤੋਂ ਫਿਰ ਲਾ ਕੇ ਉੱਤੋਂ ਦੀ ਛਾਲਾ ਮਾਰੋ ਜੀ ਪੁਲਿਸ ਚੱਕ ਹੋਊਗੀ ਤਾਂ ਉੱਥੋਂ ਫਿਰ ਉਹਨੇ ਗੱਡੀ ਲੈ ਕੇ ਲੰਘਣਾ ਅੱਛਾ ਨਹੀਂ ਤਾਂ ਨਹੀਂ ਬੈਠੇ ਰਹੋ ਉਹ ਜਿੱਦਾਂ ਮਤਲਬ ਹੁਣ 9 ਵਜੇ ਜਿੱਦਾਂ ਸਾਨੂੰ ਉੱਥੋਂ ਨੇ 9-10 ਵਜੇ ਚੱਕਿਆ ਸਾਨੂੰ ਉੱਧਰ ਦੂਏ ਦਿਨ ਬਾਅਦ 'ਚ ਤੀਜੀ ਰਾਤ ਨੂੰ 10 ਵਜੇ ਚੱਕਿਆ 10-10:30 ਵਜੇ ਫਿਰ ਉਹ ਸਾਨੂੰ ਥੋੜ੍ਹਾ ਚਿਰ ਅੱਧਾ ਘੰਟਾ ਲੈ ਕੇ ਆ ਘੰਟਾ ਰੱਖ ਲਓ ਉੱਥੇ ਮੁੰਡੇ ਟੂਰ ਪੈਜੇ ਪੁਲਿਸ ਆ ਗਈ ਉਹਨੇ ਜੀ ਲਾਹ ਤਾ ਪਿੱਛੇ ਸਾਨੂੰ ਫਿਰ ਉੱਥੇ ਇੱਦਾਂ ਕਿਨਾਰਿਆਂ ਕੋਲੋਂ ਤੇ ਬੈਠੇ ਬੁੱਠੇ ਰਹੇ ਜੀ ਮਤਲਬ ਇੱਦਾਂ ਹੀ ਬੈਠ ਬੁੱਠ ਕੇ ਜੀ ਫਿਰ ਨਹੀਂ ਕੁਛ ਨਹੀਂ ਉੱਥੇ ਫਿਰ ਉਹ ਪੁਲਿਸ 2 ਵਜੇ ਗਈ ਆ ਫਿਰ ਸਾਨੂੰ ਚੱਕ ਲਿਆ ਫਿਰ ਗਾਹਾਂ ਫਿਰ 2-2.5 ਘੰਟੇ ਚੱਲੀ ਆ ਗੱਡੀ ਫਿਰ ਮੂਹਰੇ ਪੁਲਿਸ ਆ ਗਈ ਫਿਰ ਉਹ ਸਾਨੂੰ ਲਾਹ ਤਾ ਫਿਰ ਸਾਨੂੰ ਮਤਲਬ ਉਹ ਬਾਅਦ ਚੱਕੇ ਨਹੀਂ ਹੋਈ ਪੁਲਿਸ ਅਸੀਂ ਸਾਨੂੰ ਅਸੀਂ ਉੱਥੇ ਆਪ ਹੀ ਕਹਿੰਦੇ ਇੱਥੇ ਗੱਭੇ ਹਾਂ ਰੋਡਾਂ ਦੇ ਆਲੇ ਦੁਆਲੇ ਗੱਡੀਆਂ ਚੱਲਦੀਆਂ ਗੱਭੇ ਦਾ ਰਾਹ ਆਉਂਦਾ ਜੀ ਉੱਥੇ ਬੈਠੇ ਹਾਂ ਅਤੇ ਅਸੀਂ ਕਿਹਾ ਵੀ ਇਹ ਤਾਂ ਔਖਾ ਆ ਦਿਨ ਚੜ੍ਹਨ ਲੱਗ ਪਿਆ ਮਤਲਬ ਦਿਨ ਹੋ ਗਿਆ ਅਸੀਂ ਕੀ ਕੀਤਾ ਇੱਦਾਂ ਪਹਾੜ ਸੀਗਾ ਪਰੇ ਨੂੰ ਅਸੀਂ ਉੱਥੋਂ ਹੌਲੀ ਹੌਲੀ ਇਕੱਲੇ ਇਕੱਲੇ ਕਰਕੇ ਅਸੀਂ ਉਹ ਟੱਪ ਟੱਪ ਕੇ ਜਾਲ ਅਸੀਂ ਪਹਾੜ ਦੇ ਅੰਦਰ ਵੜ ਗਏ ਵੀ ਅਸੀਂ ਦਿਹਾੜੀ ਫਿਰ ਉੱਥੇ ਕੱਟੀ ਬੁਰੇ ਹਾਲ ਸਾਡੇ ਕੋਲ ਖਾਣ ਨੂੰ ਕੁਛ ਵੀ ਨਾ ਪੱਤੇ ਪੁੱਤੇ ਵੀ ਨਹੀਂ ਖਾ ਹੋਣਾ ਤਾਂ ਪੱਤੇ ਵੀ ਨਹੀਂ ਹੈਗੇ ਇੱਦਾਂ ਜਿਹੜੇ ਰਸ ਹੋਵੇ ਉਹ ਸੁੱਕੇ ਜਾਏ ਆ ਅਤੇ ਮਸੀਂ ਇੱਦਾਂ ਹੀ ਕੱਟ ਕੁੱਟ ਕੇ ਅਤੇ ਇਹਨਾਂ ਨੂੰ ਏਜੰਟਾਂ ਨੂੰ ਫੋਨ ਕਰਦਾ ਸਾਡੀ ਰੋਟੀ ਆ ਗਈ ਡੌਂਕਰ ਨੂੰ ਕਹਿ ਤਾ ਆ ਗਈ ਰੋਟੀ ਸਾਨੂੰ ਇੱਦਾਂ ਹੀ ਬਸ ਅਸੀਂ ਕਹਿ ਜਾਣਾ ਆ ਜਾਏ ਰੋਟੀ ਪਾਣੀ ਆ ਜਾਣਾ ਕੀ ਕਹਿੰਦਾ ਸੀ ਚਿਕਨ ਨਾਲ ਰੋਟੀ ਆਉਣ ਲੱਗੀ ਜਾਂ ਮਟਰ ਨਾਲ ਲੱਗੀ ਆ ਵੀ ਰੋਟੀ ਤੁਹਾਨੂੰ ਮਿਲ ਜਾਊ ਫਿਕਰ ਨਾ ਕਰੋ ਤੁਸੀਂ ਬੈਠੋ ਬੰਦਾ ਗਿਆ ਆ ਟੈਕਸੀ ਵਾਲਾ ਸੁੱਤਾ ਪਿਆ ਵੀ ਉਹ ਰੋਟੀ ਲੈ ਕੇ ਆਉਣੀ ਉੱਠੂੰਗਾ ਉਹਨੇ ਰੋਟੀ ਲੈ ਕੇ ਟੈਕਸੀ ਵਾਲਾ ਉੱਠੇ ਨਾ ਉੱਠੇ ਅਤੇ ਸਾਡੇ ਉੱਤੇ ਫਿਰ ਇੱਦਾਂ ਹੀ ਬਸ ਹੁਣ ਕੋਈ ਗੱਲ ਨਹੀਂ ਵੀ ਟੈਕਸੀ ਵਾਲਾ ਬਾਅਦ ਸ਼ਾਮ ਨੂੰ ਪਤਾ ਲੱਗ ਗਿਆ ਵੀ ਹੁਣ ਉੱਠ ਖੜਿਆ ਉਹ ਰੋਟੀ ਲੈ ਜਾਂਦਾ ਆ ਅਸੀਂ ਕਿਹਾ ਵੀ ਚਲੋ ਠੀਕ ਹੈ ਹੁਣ ਉੱਠ ਖੜਿਆ ਰੋਟੀ ਲੈ ਆਊਂਗਾ ਉਹ ਕੋਈ ਨਹੀਂ ਅੱਛਾ ਹੁਣ ਤੁਸੀਂ ਕੋਈ ਗੱਲ ਨਹੀਂ ਹੋਰ 2 ਘੰਟੇ ਆ ਟੈਕਸੀ ਆਈ ਜਾਣੀ ਆ ਉਹ ਨਾਲੇ ਲੈ ਆਊਂਗਾ ਅਸੀਂ ਫਿਰ ਫਸੇ ਇੱਦਾਂ ਹੀ ਜਿੱਦਾਂ ਮਤਲਬ ਕਰਦਿਆਂ ਕੁਰਦਿਆਂ ਕੋਈ ਗੱਲ ਨਹੀਂ ਫਸਿਆ ਹੁੰਦਾ ਬੰਦਾ ਕੀ ਕਰੇ ਅਤੇ ਫਿਰ ਅਸੀਂ ਮਤਲਬ ਉਹਨੇ ਸਾਨੂੰ ਦੂਏ ਦਿਨ ਫਿਰ ਅਸੀਂ ਟੈਕਸੀ ਦੂਏ ਦਿਨ ਫਿਰ ਇੱਦਾਂ ਹੋਈ ਆ ਉੱਤੇ ਬੈਠੇ ਰਹੇ ਆ ਫਿਰ 3 ਰਾਤ 4th ਰਾਤ ਫਿਰ ਸਾਨੂੰ ਚੱਕਿਆ ਉੱਥੋਂ ਅੱਛਾ 4th ਰਾਤ ਉਹਨੇ ਫਿਰ ਚੱਕ ਲਿਆ 4th ਰਾਤ ਫਿਰ ਚੱਕਿਆ ਸਾਨੂੰ ਉਹ ਸੱਚੀ ਹੋਇਆ ਟੈਕਸੀ ਵਾਲਾ ਰੋਟੀ ਰੋਟੀ ਕੁਛ ਲੈ ਕੇ ਆਇਆ ਸੀ ਕਿ ਨਹੀਂ ਕੁਛ ਨਹੀਂ ਲੈ ਕੇ ਆਇਆ ਰੋਟੀ ਅੱਛਾ ਕੁਛ ਨਹੀਂ ਲੈ ਕੇ ਕੁਛ ਨਹੀਂ ਲੈ ਕੇ ਆਉਂਦੇ ਹੈਗੇ ਕਹਿੰਦੇ ਬਸ ਵੜ ਜਾਓ ਉਹਨੇ ਤਾਂ ਸਿਰਫ ਰੋਡ 'ਤੇ ਗੱਡੀ ਖੜ੍ਹਨੀ ਆ ਬਸ ਮਿੰਟ ਇੱਕ ਨਹੀਂ ਕਹਿੰਦਾ ਬਸ ਡਿੱਗੀ ਬਸ ਤੁੰਨੀ ਹੋਈ ਚਲੋ ਤਾਂ ਉਹਦਾ ਅੱਛਾ ਡਿੱਗੀ 'ਚ ਨਾ ਕੁਛ ਡਿੱਗੀ 'ਚ ਕੁਛ ਵਿੱਚ ਮਤਲਬ ਇੱਦਾਂ ਸੀ ਮੈਂ ਚਲੋ ਤੁੰਨ ਦੇਣੇ ਆ ਜੀ ਭੇਡ ਬੱਕਰੀਆਂ ਨੂੰ ਅਤੇ ਕੋਈ ਰੋਟੀ ਹੁਣ ਰੋਟੀ ਉੱਥੇ ਅਗਲਾ ਕਹਿੰਦਾ ਮੈਂ ਛੱਡ ਕੇ ਚੱਲਾਂ ਤਾਂ ਬਹਿ ਜਾ ਹੁਣ ਬੈਠਣ ਦੀ ਖਾਣੀ ਆ ਅਸੀਂ ਜੀ ਬਹਿ ਗਿਆ ਕੋਈ ਨਹੀਂ ਟੈਕਸੀ ਰੁਕੀ ਰੋਟੀ ਕੋਈ ਨਹੀਂ ਲੈ ਕੇ ਆਇਆ ਸਾਡੇ ਜਦੋਂ ਅਸੀਂ ਤਾਂ ਚੜ੍ਹੇ ਹਾਂ ਪੁਲਿਸ ਦੇ ਕੋਲੋਂ ਉੱਥੇ ਉਹ ਸਿਵਲ ਵਰਦੀ 'ਚ ਪੁਲਿਸ ਪੈ ਗਈ ਗੱਡੀ ਦੇ ਮਗਰ
ਗੱਡੀ ਦੇ ਸਿਵਲ ਵਰਦੀ ਚ ਆ ਗਿਆ ਤੇ ਅਸੀਂ ਵਿੱਚ ਬਹਿ ਗਏ ਸੀਗੇ ਬੰਦਾ ਕੋਈ ਰਿਹਾ ਨਹੀਂ ਹੁਣ ਜਦੋਂ ਗੱਡੀ ਨਿਠਾਲੇ ਸਾਡੀਆਂ ਤਾਕੀਆਂ ਬਾਅਦ ਚ ਲੱਗੀਆਂ ਸਾਨੂੰ ਨਹੀਂ ਪਤਾ ਲੱਗਾ ਕਿ ਉਹ ਆਪ ਹੀ ਪੁਲਿਸ ਕਰਨ ਲੱਗ ਪਿਆ ਤੇ ਉਹਨੇ ਗੱਡੀ ਇੰਨੀ ਸਪੀਡ ਨਾਲ ਲੈ ਕੇ ਗਿਆ 220-200 ਦੀ ਸਪੀਡ ਤੇ ਤੇ 2 ਵਜੇ ਉਹਨੇ ਟੂਲ ਪਲਾਜੇ ਟਰੱਕ ਟਿੱਪਰ ਚ ਮਾਰਨ ਲੱਗਾ ਫਿਰ ਉਹਨੇ ਉੱਥੇ ਦਾ ਮਕਟੋਨੀਆ ਦਾ ਟੂਲ ਪਲਾਜਾ ਤੋੜਿਆ ਅੱਛਾ ਟੂਲ ਪਲਾਜਾ ਤੋੜਿਆ ਫਿਰ ਅਸੀਂ ਮਤਲਬ ਮੋਹਰੇ ਦਗਲੀਸ ਦੀ ਐਮੂਰੇਸ਼ਨ ਹੁੰਦੀ ਸੀ ਮੇਨ ਸਨ ਉਹ ਤਾਂ ਉਹਨੇ ਪਿੱਛੇ ਰੋਕਤੀ ਗੱਡੀ ਟਾਇਰ ਟੂਰ ਗੱਡੀ ਦੇ ਉਹਨੇ ਐਵੇਂ ਗਲੀਸਾਂ ਨੇ ਉਹ ਚੱਕਿਆ ਸੂਏ ਜਾਂ ਟਾਇਰ ਪਾੜ ਗਿਆ ਗੱਡੀ ਦੇ ਗੱਡੀ ਰੁਕ ਗਈ ਸਾਡੀ ਉਹ ਆਪ ਨੱਠ ਗਿਆ ਤੇ ਅਸੀਂ ਵਿੱਚ ਅਸੀਂ ਵੀ ਜਿੱਦਾਂ ਉਹਦੇ ਮਗਰੇ ਨੱਠੇ ਤੇ ਅਸੀਂ ਜਿੰਨਾ ਕੁ ਠਾਣੇ ਨੱਠ ਗਿਆ ਉਹ ਤਾਂ ਹੁਣ ਸਾਨੂੰ ਸਾਨੂੰ ਗਾਲਾਂ ਗੁਲਾਂ ਕੱਢੀਆਂ ਤੁਸੀਂ ਨੱਠ ਜਾਓ ਪਰੇ ਹੋ ਜਾਓ ਸਾਡੇ ਮੇਰੇ ਮਗਰ ਮੇਰੇ ਮਗਰ ਨਾ ਤੁਸੀਂ ਮੈਨੂੰ ਵੀ ਬਤਾਉਂਗੇ ਉਹ ਆਪ ਦਾ ਪਤਾ ਨਹੀਂ ਜਿੱਦਾਂ ਉਹ ਇਹਦੇ ਕੋਲ ਗੱਡੀ ਗੁੱਡੀ ਵਾਲਾ ਹੋਰ ਵੀ ਹੁੰਦਾ ਤੇ ਉਹਦੇ ਬਹਿ ਕੇ ਚੱਲ ਗਿਆ ਅਗਲਾ ਸਾਡੇ ਅਸੀਂ ਨੱਠ ਗਏ ਇੱਧਰ ਨੂੰ ਜੰਗਲਾਂ ਵਿੱਚ ਸਾਡੇ ਮਗਰ ਉਹਨੇ ਆ ਗਿਆ ਉਹਨੇ ਜੀ ਕੁੱਤੇ ਮਗਰ ਛੱਡਤੇ ਅੱਛਾ ਕੁੱਤੇ ਛੱਡੇ ਖਾਓ 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 ਵੀ ਸਾਨੂੰ ਲੱਗ ਗਿਆ ਪਤਾ ਵੀ ਹੁਣ ਉਹਨੇ ਕੁੱਤੇ ਛੱਡ ਦਿੱਤੇ ਆ ਮਗਰ ਵੀ ਸਾਨੂੰ ਪਤਾ ਲੱਗਿਆ ਵੀ ਟੂਲ ਬ੍ਰਿਜ ਤਾਂ ਤੋੜਿਆ ਆ ਵੀ ਗੱਡੀ ਟੁੱਟੀ ਹੋ ਆ ਵੀ ਕੁਛ ਨਾ ਕੁਛ ਹੋਣਾ ਹੋਣਾ ਮੇਨ ਮੇਨ ਅਤੇ ਫਿਰ ਸਾਡੇ ਏਜੰਟ ਉਹ ਕਹਿੰਦਾ ਵੀ ਤੁਸੀਂ ਬਹਿ ਜਾਇਓ ਵੀ ਨੱਠੇ ਹੋ ਨਾ ਉਹਨੂੰ ਜਦੋਂ ਦੱਸਿਆ ਉਹ ਕਹਿੰਦਾ ਨੱਠੇ ਹੋਣਾ ਵੀ ਹੁਣ ਤੁਸੀਂ ਬਹਿ ਜਾਓ ਕੁੱਤੇ ਸਾਡੇ ਕੋਲ ਆ ਗਏ ਆ ਭੌਂਕਣ ਅਸੀਂ ਇੱਦਾਂ ਆਪਣੇ ਹੱਥਾਂ ਮੂੰਹਾਂ 'ਤੇ ਰੱਖ ਲਿਆ ਹੱਥ ਅਤੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਵੀ ਦੇਖੀ ਜਾਊਂਗੇ ਸਾਡੇ ਮੂਹਰੇ ਪੌਂਕਣਾ ਫਿਰ ਪੁਲਿਸ ਵਾਲੇ ਆਏ ਹੁਣ ਸਾਨੂੰ ਲੈ ਗਏ ਫੜ ਕੇ ਫਿਰ ਉੱਥੇ ਰੋਡ 'ਤੇ ਇੰਨਾ ਸ਼ੁਕਰ ਜਿਹੜੇ ਡਿੱਗੀ ਪੈ ਸੀਗੇ ਉਹ ਬੰਦੇ ਸੀ ਮੁੰਡੇ ਉਹ ਕਹਿੰਦੇ ਜੇ ਹੈ ਨਾ ਸਾਨੂੰ 10 ਮਿੰਟ ਪੁਲਿਸ ਵਾਲੇ ਨਾ ਕੱਢਦੇ 5 ਮਿੰਟ ਵੀ ਅਸੀਂ ਮਰ ਜਾਣਾ ਸੀ ਅੱਛਾ ਹਾਂ ਉਹ ਤਾਂ ਪੁਲਿਸ ਨੇ ਕੱਢੇ ਕਰਕੇ ਉਹਨੂੰ ਸਾਹ ਸੂਹ ਆਇਆ ਡਿੱਗੀ 'ਚੋਂ ਨਹੀਂ ਤਾਂ ਉਹ ਮਰ ਜਾਂਦੇ ਹਾਂ ਉਹਨਾਂ ਨੂੰ ਕੱਢ ਲਿਆ ਅਤੇ ਉਹ ਫਿਰ ਤਾਂ ਕੜੀਆਂ ਲਾ ਦਿੱਤੀਆਂ ਸਾਡੇ ਵੀ ਕੜੀਆਂ ਲਾ ਕੇ ਉੱਥੇ ਰੋਡ 'ਤੇ ਉਹਨੇ ਬਿਠਾ ਲਿਆ ਸਾਨੂੰ ਪੁੱਛਿਆ ਵੀ ਕੌਣ ਆ ਉਹਨੇ ਫਿਰ ਉਹਦਾ ਵੀ ਡਾਟਾ ਕੱਢ ਲਿਆ ਟੈਕਸੀ ਗੱਡੀ ਡਰਾਈਵਰ ਦਾ ਉਹ ਤਾਂ ਡਰਾਈਵਰ ਦਾ ਨਿਕਲ ਹੀ ਜਾਂਦਾ ਹਾਂ ਉਹਨੇ ਫਿੰਗਰ ਫੁੰਗਰ ਲਏ ਆ ਅਤੇ ਜਿਹੜੇ 2 ਮੋਹਰੇ ਬੈਠੇ ਸੀਗੇ ਮੁੰਡੇ ਉਹਨਾਂ ਦੇ ਉਹਨਾਂ ਨੂੰ ਉੱਥੇ ਜੱਜ ਦੇ ਪੇਸ਼ ਵੀ ਕੀਤਾ ਗਿਆ ਉਹਨੂੰ ਉਹਨੂੰ ਉੱਥੇ ਉਹਦੀਆਂ ਮਤਲਬ ਉਹ ਨਹੀਂ ਫਿਰ ਜਿਹੜਾ ਡੌਂਕਰ ਸੀਗਾ ਉਹਨੇ ਸਾਨੂੰ ਫੋਟੋਆਂ ਦਿਖਾਲੀਆਂ ਜਿਹੜੇ ਮੋਹਰੇ ਬੈਠੇ ਸੀ ਨਾ ਉਹ ਨਹੀਂ ਉਹਨੂੰ ਛੱਡੇ ਸਾਨੂੰ ਛੱਡ ਦਿੱਤਾ ਪਿਆ ਸੀਗਾ ਅਸੀਂ ਦੇਖਿਆ ਨਹੀਂ ਮੂੰਹ ਉਹਦਾ ਅਸੀਂ ਪਿੱਛੇ ਸੀਗੇ ਉਹਨੇ ਫਿਰ ਉਹਨਾਂ ਨੇ ਆਪ ਹੀ ਉਹਨੇ ਫਿੰਗਰ ਲਏ ਮੋਹਰਿਓਂ ਜਿਹੜੇ ਫਿੰਗਰ ਮੈਚ ਕੀਤੇ ਉਹਨੇ ਉਹ ਚੱਕ ਲਏ ਅੱਛਾ ਵੀ ਆਹ ਮੁੰਡੇ ਮੋਹਰੇ ਬੈਠੇ ਸੀ ਇਹਨਾਂ ਦੇ ਫਿੰਗਰ ਆਹ ਲੱਗੀ ਹੋਆ ਇਹੀ ਆ ਸਹੀ ਆ ਅਤੇ ਉਹਨੇ ਉਹ ਉਹਨਾਂ ਨੂੰ ਪੁੱਛਗਿੱਛ ਕੀਤੀ ਵੀ ਆਹ ਟੈਕਸੀ ਸੀਗਾ ਡਰਾਈਵਰ ਦੀ ਵੀ ਸਾਨੂੰ ਕੋਈ ਪੁੱਛਿਆ ਇਹ ਸੀਗਾ ਵੀ ਹਾਂਜੀ ਇਹੀ ਵੀ ਝੂਠ ਨਹੀਂ ਅਸੀਂ ਬੋਲਣਾ ਹੈਗਾ ਵੀ ਸਾਨੂੰ ਝੂਠ ਬੋਲਦਾ ਕੋਈ ਫਾਇਦਾ ਨਹੀਂ ਹੋਣਾ ਅਤੇ ਫਿਰ ਉਹਨੇ ਸਾਨੂੰ ਉੱਥੇ ਇੱਦਾਂ ਕੈਂਪ 'ਚ ਲੈ ਕੇ ਉੱਥੇ ਛੱਡਿਆ ਮਕਡੋਨੀਆ ਹੀ ਕੈਂਪ ਦੇ ਵਿੱਚ ਤੁਹਾਨੂੰ ਲੱਗਦਾ ਹਾਂ ਉਹਨੇ ਆਪਣੇ ਉੱਥੇ ਫਿੰਗਰ ਫੁੰਗਰ ਕੀਤੇ ਆ ਉੱਥੇ ਆਜ਼ਾਦ ਕੈਂਪ ਆ ਉਹ ਗਾਹਾਂ ਉਹ 'ਚ ਕਈਆਂ ਨੂੰ ਉੱਥੇ ਭੇਜ ਦਿੰਦੇ ਆ ਕਈਆਂ ਨੂੰ ਬਾਰਡਰ ਸਰਬੀਆ ਦੇ ਬਾਰਡਰ ਕੋਲ ਜੰਗਲਾਂ ਕੋਲ ਛੱਡ ਦਿੰਦੇ ਓਕੇ ਉੱਥੇ ਮਤਲਬ ਜੇ ਬਾਰਡਰ ਉੱਧਰ ਸਾਨੂੰ ਛੱਡਿਆ ਨਹੀਂ ਉਹਨੇ ਉੱਥੇ ਛੱਡ ਦਿੱਤਾ ਅਸੀਂ ਉੱਥੇ ਦਿਹਾੜੀ ਖੰਡ ਰਹੇ ਹਾਂ ਕੈਂਪ ਦੇ ਵਿੱਚ ਉਹ ਜਦੋਂ ਮਰਜ਼ੀ ਚੱਲ ਜਾਓ ਇੱਦਾਂ ਨਹੀਂ ਉਹ ਕਹਿੰਦੇ ਹੈਗੇ ਵੀ ਤੁਸੀਂ ਆਪਣਾ ਰੋਟੀ ਪਾਣੀ ਖਾਓ ਨਹਾਓ ਧੋ ਉੱਥੇ ਮਾੜਾ ਮੋਟਾ ਦਿੰਦੇ ਆ ਬ੍ਰੈਡ ਬੁੱਡ ਜਿਹਾ ਅਤੇ ਸੌਣ ਸੂਣ ਦਿੰਦੇ ਬੰਦਾ ਥੱਕਿਆ ਫੁੱਕਿਆ ਹੁੰਦਾ ਉਹਨੂੰ ਪਤਾ ਵੀ ਇਹ ਥੱਕੇ ਥੁੱਕੇ ਹੁੰਦੇ ਜ਼ਿਆਦਾ ਵੀ ਇਹ ਦੂਏ ਵੀ ਇਹਨਾਂ ਨੂੰ 2 ਘੰਟੇ ਰੈਸਟ ਰੁਸਟ ਕਰਨਗੇ ਰੋਟੀ ਪਾਣੀ ਦੇ ਕੇ ਤਾਂ ਉਹਨੇ ਫਿਕਣਾ ਚਲੋ ਤੁਸੀਂ ਜਾਣਾ ਚੱਲ ਜਾਓ ਠੀਕ ਪਰ ਉੱਥੇ ਜੇ ਆਪਾਂ ਇੱਦਾਂ ਕਹਿ ਕੇ ਜਾਈਏ ਵੀ ਅਸੀਂ ਚੱਲੇ ਹਾਂ ਜੀ ਫਿਰ ਉੱਥੇ ਐਂਟਰੀ ਨਹੀਂ ਹੈਗੀ ਜੇ ਉੱਥੇ ਕਹਿ ਰਹੇ ਅਸੀਂ ਮਤਲਬ ਬਾਜ਼ਾਰ ਚੱਲੇ ਹਾਂ ਨਾ ਉਹਨੂੰ ਦੱਸ ਕੇ ਜਿਹੜਾ ਬਾਜ਼ਾਰ ਚੱਲੇ ਹਾਂ ਅਤੇ ਫਿਰ ਉਹਨੇ ਫਿਰ ਤੁਹਾਡਾ ਉਹਨੇ ਫਿਰ ਤਾਂ ਉੱਥੇ ਆਊਟ ਨਹੀਂ ਕਰਨਾ ਵੀ ਇਹ ਗਿਆ ਨਹੀਂ ਬੰਦਾ ਬਾਜ਼ਾਰ ਗਿਆ ਹੈ ਠੀਕ ਹੈ ਫਿਰ ਜਦੋਂ ਮਰਜ਼ੀ ਕੈਂਪ 'ਚ ਆ ਜਾਓ ਜੀ ਉੱਥੋਂ ਅਸੀਂ ਮਤਲਬ ਅਸੀਂ ਉੱਥੇ ਰਹੇ ਹਾਂ ਜਿੱਦਾਂ 2-3 ਦਿਨ ਅਤੇ ਅਸੀਂ ਫਿਰ ਸਾਡੇ ਨਾਲ ਉੱਥੇ ਹੋਰ ਵੀ ਕੁੜੀਆਂ ਆ ਗਈਆਂ ਅੱਛਾ ਉਹ ਕਿੱਥੋਂ ਦੀਆਂ ਉਹ ਪੰਜਾਬ ਦੀਆਂ ਅੱਛਾ ਪੰਜਾਬ ਦੀਆਂ ਕੁੜੀਆਂ ਇੱਕ ਸਾਡੇ ਨਾਲ ਹੋਰ ਸੀਗੀ ਆਪਣੇ ਏਰੀਏ ਦੀ ਅਤੇ ਉਹ 8 ਮਹੀਨਿਆਂ ਦੀ ਪ੍ਰੈਗਨੈਂਟ ਸੀ ਕੁੜੀ ਉਹ ਨਾਲ ਸਾਡੇ ਨਾਲ ਉਹ ਵੀ ਡੌਂਕੀ ਲਾਉਣ ਨੂੰ ਤਿਆਰ ਉਹਦੇ ਨਾਲ ਘਰ ਵਾਲਾ ਉਹਦਾ ਅੱਛਾ ਅਤੇ ਨਾਲ ਉਹ ਅਤੇ ਮਤਲਬ ਇਹ ਨਹੀਂ ਉੱਥੇ ਬਹੁਤ ਆ ਮਤਲਬ ਹੋਰ ਨਿਕਲ ਕੇ ਨਿਆਣੇ ਲੈ ਕੇ ਵੀ ਤੁਰੀਆਂ ਅੱਛਾ 2-2 ਸਾਲ ਦੇ 2.5-2.5 ਸਾਲ ਦੇ ਨਿਆਣੇ ਲੈ ਕੇ ਵੀ ਤੁਰੇ ਹੋ ਅਤੇ ਬਹੁਤ ਉੱਥੇ ਦੂਜਾ ਆ ਅਤੇ ਸਾਨੂੰ ਜੀ ਰਾਤ ਨੂੰ 8 ਮਤਲਬ ਕੁੜੀ ਜਿਹੜੇ ਸੀਗੀ ਉਹ ਸਾਡੇ ਨਾਲ ਉਹ ਰਾਤ ਨੂੰ ਸਾਨੂੰ ਕਹਿੰਦੇ ਚਲੋ ਜੀ ਸਾਡੀ ਰੇਲ ਗੱਡੀ ਦੀ ਆ ਅਸੀਂ ਕਿਹਾ ਚਲੋ ਵੀ ਰੇਲ ਗੱਡੀ ਲਾ ਲਓ ਮਤਲਬ ਦੂਸਰੀ ਵਾਰੀ ਫਿਰ ਡੌਂਕੀ ਲਾਉਣੀ ਸੀ ਹਾਂ ਦੂਸਰੀ ਵਾਰ ਤੁਹਾਡਾ ਏਜੰਟ ਕਹਿੰਦਾ ਵੀ ਹੁਣ ਰੇਲ ਗੱਡੀ ਡੌਂਕੀ ਰੇਲ ਗੱਡੀ ਲਾਓ ਅੱਛਾ ਰੇਲ ਗੱਡੀ ਦੀ ਮਤਲਬ ਲਾਉਣੀ ਉੱਥੇ ਰੇਲ ਗੱਡੀ ਉੱਦਣ ਆਈ ਨਹੀਂ ਰੇਲ ਗੱਡੀ ਤਾਂ ਮੀਂਹ 'ਚ ਆ ਸਕਦੀ ਸੀ ਉੱਦਾਂ ਹੀ ਉਹਨੇ ਮਤਲਬ ਟਾਈਮ ਹੀ ਉਹ ਹਿਸਾਬ ਨਾਲ ਦਿੱਤਾ ਉਹ ਰੇਲ ਗੱਡੀ ਉਸ ਟਾਈਮ ਆਉਂਦੀ ਨਹੀਂ ਸੀ ਅੱਛਾ ਉਹਨੂੰ ਬਣਾਈ ਰੱਖਿਆ ਉਹਨੇ ਲਾਉਣੀ ਸੀ ਬੱਸ ਦੀ ਅੱਛਾ ਉਹ ਰੇਲ ਗੱਡੀ ਕਹਿ ਕੇ ਤੁਹਾਨੂੰ ਲੈ ਕੇ ਜਾਣਾ ਸੀ ਬੱਸ 'ਚ ਹਾਂ ਬੱਸ 'ਚ ਉਹ ਵੀ ਮਤਲਬ ਰੇਲ ਗੱਡੀ ਲੱਗ ਗਈ ਆ ਸਟੇਸ਼ਨ ਇੱਥੋਂ ਤੁਹਾਨੂੰ ਫੜਾ ਲੈਣਾ ਅਸੀਂ ਵੀ ਚਲੋ ਠੀਕ ਆ ਵੀ ਲੱਗ ਗਈ ਹੈ ਤਾਂ ਤੁਰ ਕੇ ਅਤੇ ਵੀ ਚਲੋ ਕੋਈ ਗੱਲ ਨਹੀਂ ਇੱਦਾਂ ਸਾਰੇ ਹੁਣ ਪ੍ਰੈਗਨੈਂਟ ਸੀ ਜਿਹੜੀ ਉਹ 8 ਮਹੀਨਿਆਂ ਦੀ ਉਹਨੂੰ ਵੀ ਇੱਦਾਂ ਅਤੇ ਸਾਨੂੰ ਉਹਨੇ ਜੀ ਮਤਲਬ ਉਹ ਵੀ ਰਾਤ ਨੂੰ ਸਾਨੂੰ 10 ਵਜੇ ਤੋੜ ਲਿਆ ਉਹਨੇ ਅੱਛਾ ਮਤਲਬ ਜੀ ਉਹਨੇ 5 ਵਜੇ 'ਤੇ ਸਾਨੂੰ ਫੇਰ ਤੋਰਿਆ ਉਹਨੇ 5 ਵਜੇ 'ਤੇ ਤੋਰ ਕੇ ਉੱਥੇ ਸਾਨੂੰ 2 ਘੰਟੇ ਕਰਾਈ ਰੈਸਟ ਫਿਰ ਸਾਨੂੰ ਤੋਰ ਲਿਆ 8 ਵਜੇ ਸਾਨੂੰ ਬੱਸ ਸਟੈਂਡ ਲਾ
ਤੇ ਇੱਕ ਬੱਸੇ ਸਾਡੇ ਨਾਲ ਗਿਆ ਤੇ ਗਾਹਾਂ ਜਾ ਕੇ ਕਹਿੰਦਾ ਵੀ ਐਚ ਵੀ ਸਾਡੇ ਨਾਲ ਹੀ ਜਾਣਾ ਉੱਥੋਂ ਮਤਲਬ ਕੋਈ ਨਹੀਂ ਉੱਥੋਂ ਥੋੜ੍ਹੀ ਜਿਹੀ ਬੱਸੇ ਗਿਆ ਗਾਹਾਂ ਸਾਨੂੰ ਹੋਰ ਬੱਸੇ ਬਿਠਾ ਕੇ ਅਤੇ ਸਾਡੇ ਆਪਣੀਆਂ ਟਿਕਟਾਂ ਲਈਆਂ ਅਤੇ ਕਹਿੰਦਾ ਚਲੋ ਜੀ ਮੈਂ ਆ ਗਿਆ ਵੀ ਉੱਥੇ ਦੁਬਾਰ ਤੁਸੀਂ ਬੈਠੋ ਅਸੀਂ ਬੱਠੇ ਬਿਠਾ ਕੇ ਆਪ ਉੱਤਰ ਗਿਆ ਸਾਨੂੰ ਤੋੜ ਦਿੱਤਾ ਚਲੋ ਜੀ ਫਿਰ ਬਸ ਉਹੀ ਗੱਲ ਫਿਰ ਉੱਥੋਂ ਬੱਸੇ ਉਹਨਾਂ ਨੂੰ ਪਤਾ ਆ ਵੀ ਇੱਥੇ ਕਲਾਉਣੇ ਆਉਣੀ ਸਾਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਇਹਨੇ ਆਪੇ ਸਾਨੂੰ ਕਰ ਦੇਣਾ ਉਹ ਗਏ ਉਹਨੇ ਰੋਕ ਦਿੱਤਾ ਵੀ ਇੱਥੇ ਕੁ ਤੁਸੀਂ ਲੈ ਜਾਓ ਅਸੀਂ 10-12 ਜਾਣੇ ਉਹਨੇ ਉੱਤੇ ਗਲਾ ਤਾ ਵੀ ਇੱਧਰ ਨੂੰ ਹੋ ਚੱਲੋ ਉੱਤੇ ਕੁ ਫਿਰ ਇੱਦਾਂ ਹੀ ਮਾਰੇ ਝਿੰਗਾਂ ਝਾੜੀਆਂ ਜਿਹਾ ਵੜ ਜਾਓ ਵੀ ਪੁਲਿਸ ਵਾਲੇ ਦੇਖ ਨਾ ਲੈਣ ਉਦੋਂ ਮਤਲਬ ਅਸੀਂ ਪਹੁੰਚੇ ਅਤੇ ਵਿੱਚ ਹੋਰ ਵੀ ਬੰਦੇ ਉੱਥੇ ਬੈਠੇ ਅਸੀਂ ਹੁਣ 30-31 ਜਾਣੇ ਬੰਦੇ ਅੱਛਾ ਫਿਰ 30-31 ਹੋ ਗਿਆ ਹਾਂ 30-31 ਜਾਣੇ ਹੋ ਗਏ ਪਿੱਛੇ ਬੁੜੀਆਂ ਪਿੱਛੇ ਬੰਦੇ ਅਤੇ ਯਕੀਨ ਯਕੂਨ ਇੱਕ ਦੂਜੇ ਉੱਥੇ ਕੋਈ ਨਹੀਂ ਕਰਦਾ ਅਤੇ ਅਸੀਂ ਜਿੱਦਾਂ ਇੱਦਾਂ ਆਏ ਉਸੇ ਕਰਕੇ ਸਾਡੇ ਤਾਂ ਕੋਈ ਜੰਮੋ ਹੀ ਨਾ ਕੋਈ ਯਕੀਨ ਕਰੇ ਵੀ ਇਹ ਸਾਨੂੰ ਵੀ ਲੈਣ ਡੁੱਬਣਗੇ ਅੱਛਾ ਉਹ ਸਾਡੇ ਕੋਲ ਜੀ ਅਲੱਗ ਹੋ ਗਏ ਬੰਦੇ ਉਹ ਹੋਰ 'ਚ ਇੱਦਾਂ ਵੜ ਗਏ ਖੇਤਾਂ 'ਚ ਉੱਥੇ ਜੀ ਉਹਨਾਂ ਨੂੰ ਮਤਲਬ ਡੌਂਕਰ ਸਾਡੇ ਇੱਕੋ ਡੌਂਕਰ ਕੋਲ ਸੀਗੇ ਸਾਰੇ ਉਹ ਕਹਿੰਦਾ ਜੀ ਚਲੋ ਜੀ ਤੁਸੀਂ ਅਸੀਂ ਸਾਨੂੰ ਉਹ ਡੌਂਕਰ ਸਾਨੂੰ ਕਹੀਏ ਤੁਸੀਂ ਉੱਠੋ 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 ਬਾਹਰ ਚਲੋ ਉਹ ਫੜ ਹੋ ਗਏ ਉਹਨੇ ਦੱਸਤਾ ਵੀ ਅਸੀਂ ਫੜ ਹੋ ਗਏ ਹਾਂ ਸਾਨੂੰ ਵੀ ਕਹਿੰਦਾ ਤੁਸੀਂ ਵੀ ਉੱਠ ਖੜੋ ਅਸੀਂ ਬੜੇ ਸੋਹਣੇ ਬੈਠੇ ਸਾਨੂੰ ਅਸੀਂ ਕਹਿੰਦੇ ਤੁਰ ਪਿਆ ਉੱਧਰ ਨੂੰ ਅਸੀਂ ਤੁਰ ਪਿਆ ਉਹਨੇ ਪੁਲਿਸ ਵਾਲਿਆਂ ਸਾਨੂੰ ਫੜ ਲਿਆ ਉਹਨੂੰ ਚੱਕ ਕੇ ਫੇਰ ਕੈਂਪ 'ਚ ਫੇਰ ਪਿੱਛੇ ਅੱਛਾ ਦੂਜੀ ਵਾਰੀ ਫਿਰ ਫੜ ਹੋ ਗਿਆ ਮਤਲਬ ਅਸੀਂ ਸ਼ਾਮ ਨੂੰ ਫੜ ਹੋਏ ਹਾਂ ਰਾਤ ਨੂੰ ਸਾਨੂੰ ਉਹੀ ਲੇਡੀਜ਼ ਜਿਹੜੀ ਸਾਡੇ ਨਾਲ ਸੀਗੀ ਰਾਤ ਨੂੰ ਸਾਨੂੰ ਉਹਨੇ ਉੱਥੇ ਫਿੰਗਰ ਫੁੰਗਰ ਕੀਤੇ ਆ 10-11 ਵਜੇ ਸਾਨੂੰ ਸਰਬੀਆ ਦੇ ਬਾਰਡਰ 'ਤੇ ਛੱਡ ਗਏ ਅੱਛਾ ਫਿਰ ਛੱਡ ਗਿਆ ਐਨ ਤੁਰ ਪਿੱਛੇ ਪਿਆਰ ਪਿੱਛੇ ਫੇਰ ਛੱਡ ਗਿਆ ਭੁੱਖੇ ਭਾਣੇ ਉੱਥੇ ਬੁਰੇ ਹਾਲ ਉਹਨੇ ਨੇ ਉੱਥੇ ਕੁਛ ਕੀਤਾ ਸਾਨੂੰ ਅਤੇ ਮਤਲਬ ਉੱਥੇ ਸਾਡੇ ਮਗਰ ਉਹ ਜਿਹੜੇ ਅਫਵਾਨੀ ਉੱਧਰਲੇ ਬੰਦੇ ਲੁੱਟਾਂ ਖੁਹਾਂ ਵਾਲੇ ਉਹ ਵੀ ਮਗਰ ਪੈ ਗਏ ਅੱਛਾ ਅਸੀਂ ਸੀਗੇ ਕਰਕੇ ਜ਼ਿਆਦਾ ਸਾਡੇ ਉੱਤੇ ਹੱਡ ਹੁੱਡ ਵਾ ਗਾਉਣ ਪਏ ਰਾਤ ਨੂੰ ਸਾਨੂੰ ਲੱਗੇ ਡਰ ਜੰਗਲ 'ਚ ਅਗਲੇ ਉੱਤੇ ਪਤਾ ਨਹੀਂ ਕਿ ਗੋਲੀ ਗੋਲੀ ਨਾਲ ਮੈਂ ਕੁਛ ਵੀ ਕਰ ਸਕਦੇ ਹੋ ਲੁੱਟਾਂ ਖੁਹਾਂ ਵਾਲੇ ਅਸੀਂ ਜੰਗਲ ਵਿੱਚ ਹਨੇਰੇ ਵਾਂਗੂ ਤੁਰੇ ਹਾਂ ਬੁਰੇ ਹਾਲ ਉੱਥੇ ਉਹ ਬਸ ਬਦ ਕਹਿੰਦੇ ਕੀ ਕਹੀ ਕੋਈ ਜਾਂਦੇ ਸਾਨੂੰ ਤਾਂ ਸਮਝ ਨਹੀਂ ਲੱਗਦੀ ਉੱਚੀ ਉੱਚੀ ਬੋਲੀ ਜਾਂਦੇ ਸੀ ਅਸੀਂ ਫਿਰ ਇੱਦਾਂ ਦੈਨ ਦੂਨ ਮਸੀਂ ਰਾਤ ਕੱਢੀ ਕੁੱਢੀ ਇੱਦਾਂ ਜਾਗ ਜੁਗ ਕੇ ਫਿਰ ਸਵੇਰ ਨੂੰ ਫਿਰ ਉੱਥੇ ਕੈਂਪ 'ਚ ਉਹ ਅਗਲਾ ਬਾੜਦਾਣੀ ਕੈਂਪ ਵਾਲੇ ਫਿਰ ਤੁਰ ਪਾ ਸਰਬੀਆ ਵਾਲੇ ਕੈਂਪ 'ਚ ਮੇਨ ਜਿਹੜਾ ਸਰਬੀਆ ਦੇ ਮਕਡੋਨੀਆ ਦਾ ਕੈਂਪ ਜਿਹੜਾ ਜਿੱਥੇ ਮਤਲਬ ਜਿੱਥੇ ਆ ਜਾ ਸਕਦਾ ਅੱਛਾ ਤੁਸੀਂ ਫਿਰ ਤੁਸੀਂ ਮਤਲਬ ਸਰਬੀਆ ਫਿਰ ਪਿੱਛੇ ਨੂੰ ਫਿਰ ਪਿੱਛੇ ਨੂੰ ਮੁੜ ਗਿਆ ਮਕਡੋਨੀਆ ਨੂੰ ਹਾਂ ਹਾਂ ਨਹੀਂ ਫਿਰ ਮਕਡੋਨੀਆ ਨੂੰ ਚਲ ਗਿਆ ਜੰਗਲ ਤੁਰ ਕੇ ਮਤਲਬ ਅਸੀਂ ਉਹ ਗ੍ਰੀਸ ਦੇ ਬਾਰਡਰ ਤੇ ਉਦੋਂ ਪਹੁੰਚ ਗਏ ਸੀਗੇ ਲੱਗ ਗਏ ਉਹ ਫਿਰ ਪਿੱਛੇ ਮਾਰਦੇ ਆ ਗ੍ਰੀਸ ਸਰਬੀਆ ਦੇ ਬਾਰਡਰ ਤੇ ਸਾਨੂੰ ਪਿੱਛੇ ਇਦਾਂ ਮਾਰਦੇ ਆ ਫਿਰ ਅਸੀਂ ਪਹਿਲਾਂ ਚਲ ਗਏ ਫਿਰ ਦੂਜੀ ਵਾਰੀ ਅਸੀਂ ਮਤਲਬ ਲਾਈ ਆ ਜੋ ਸਾਨੂੰ ਦੱਸਿਆ ਵੀ 2-2-3-3 ਵਾਰੀ ਇਦਾਂ ਕਰਕੇ ਗਏ ਆ ਫਿਰ ਬੱਸੇ ਗਏ ਆ ਫਿਰ ਉੱਥੋਂ 10 ਕਿਲੋਮੀਟਰ 15 ਕਿਲੋਮੀਟਰ ਸੀਗਾ ਮੈਪ 'ਤੇ ਦੇਖਿਆ ਉਹਨੇ ਫਿਰ ਫੜਿਆ ਫਿਰ ਪਿੱਛੇ ਤੇ ਫਿਰ ਸਾਨੂੰ ਰਾਤ ਜੰਗਲ ਸਾਡਾ ਫਿਰ ਉਹੀ ਕੰਮ ਰੋਟੀ ਨਾ ਪਾਣੀ ਕੁਛ ਨਹੀਂ ਮਿਲਦਾ ਉੱਥੇ ਭੁੱਖੇ ਭਾਣੇ ਹੁਣ ਕਿਹਾ ਕਰਨਾ ਰਾਤਾਂ ਤਾਂ ਡਰ ਜਾਣ ਪਈ ਅਸੀਂ ਫਿਰ ਅਸੀਂ ਕਿਹਾ ਵੀ ਇੱਦਾਂ ਉੱਦਾਂ ਦੇਖ ਕੇ ਤਾਂ ਉੱਥੇ ਲੱਗ ਛੱਗ ਕੇ ਮਾੜੇ ਮੋਟੇ ਪੈਸੇ ਹੋਣੇ ਫਿਰ ਅਸੀਂ ਕੈਂਪ ਸਾਨੂੰ ਵਾੜਿਆ ਨਹੀਂ ਅਸੀਂ ਸਾਰੀ ਦਿਹਾੜੀ ਇੱਦਾਂ ਕੱਟੀ ਅੱਛਾ ਫਿਰ ਜੀ ਇੱਦਾਂ ਜੰਟਾਂ ਨੂੰ ਕਰ ਕਰਕੇ ਦੂਜੀ ਆ ਤੀਜੀ ਲਾ ਲਈ ਫਿਰ ਕਹਿੰਦਾ ਜੀ ਫਿਰ ਟੈਕਸੀ ਆ ਗਈ ਫਿਰ ਟੈਕਸੀ ਆਉਣਾ ਫਿਰ ਉਹੀ ਕੰਮ ਫਿਰ ਇੱਦਾਂ ਖੱਜਲ ਖਵਾਰੀ ਉਹ ਇੱਥੇ ਲਾ ਗਿਆ ਉੱਥੇ ਲਾ ਕੇ ਚੱਲ ਜੀ ਇੱਦਾਂ ਘੁਮਾ ਘੁੰਮ ਕੇ ਫਿਰ ਉੱਥੇ ਹੀ ਮਤਲਬ ਅਸੀਂ ਆਉਣਾ ਕੈਂਪ 'ਚ ਪੁਲਿਸ ਨੇ ਫੜਨਾ ਕਈ ਵਾਰ ਸਾਨੂੰ ਆਜ਼ਾਦ ਛੱਡ ਦੇਣਾ ਜੰਗਲਾਂ ਛੱਡ ਦੇਣਾ ਜਾਂ ਕਿਤੇ ਹੁਣ ਦੇਖਣਾ ਕੈਂਪ ਖਾਲੀ ਆ ਜਾ ਉੱਥੇ ਅਤੇ ਅਸੀਂ ਉਹਨੂੰ ਕਿਹਾ ਕਿਉਂਕਿ ਅਸੀਂ ਕੈਂਪ 'ਚ ਆ ਜਾਣਾ ਸੀ ਵੀ ਅੱਜ ਦਾ ਸਾਡੇ ਦਾ 2-3 ਚਾਂਸ ਹੋਏ ਬੁਰੇ ਹਾਲ ਉੱਤੇ ਬੌਕੇ ਦਿਹਾੜੇ ਪਏ ਸਾਡਾ ਅੱਗ ਆਇਆ ਸੀਗਾ ਵੀ ਅਸੀਂ ਨਹੀਂ ਜਾਣਾ ਹੈਗੇ ਜੇ 4 ਲਾਈਆਂ ਡੌਂਕੀਆਂ ਬੱਸ ਦੀ ਵੀ ਲਾਈ ਟ੍ਰੇਨ ਦੀ ਵੀ ਅਸੀਂ ਲਾਈ ਆ ਟ੍ਰੇਨ ਦੇ ਵਿੱਚ ਅਸੀਂ ਡੱਬੇ ਦੇ ਵਿੱਚ ਸਾਨੂੰ 15 ਘੰਟੇ ਬੰਦ ਕਰੀ ਦਿੱਤੇ ਅੱਛਾ 15 ਘੰਟਿਆਂ ਬਾਅਦ ਅਸੀਂ ਜਾਣ ਨੂੰ ਫਿਰ ਪੁਲਿਸ ਨੇ ਪੁਲਿਸ ਦੇ ਐਂਟਰ ਕਰਨ ਲੱਗੇ ਹਾਂ ਅਤੇ ਉਹਨੇ ਪਿੱਛੇ ਫਿਰ ਰੋਕ ਲੈਂਦੇ ਹੁੰਦੇ ਆ ਉਹਨੇ ਰੋਕੀ ਆ ਚੈੱਕ ਕੀਤਾ ਸਾਨੂੰ ਫਿਰ ਕੱਢ ਮਾਰਿਆ ਅਤੇ ਇੱਕ ਚੀਜ਼ ਹੋਰ ਹੈ ਜਦੋਂ ਤੁਸੀਂ ਗਏ ਸੀ ਉਹਨਾਂ ਦਿਨਾਂ 'ਚ ਸਖਤਾਈ ਸੀ ਜਾਂ ਆਮ ਹੀ ਇੱਦਾਂ ਸਖਤਾਈ ਆ ਉੱਥੇ ਬਾਰਡਰ 'ਤੇ ਉੱਥੋਂ ਲੰਘਣਾ ਔਖਾ ਆ ਕੀ ਹੋਣਾ ਦੁਨੀਆ ਲੰਘਦੀ ਵੀ ਬਹੁਤ ਹੈ ਦਰਸਲ ਜਾਂਦੇ ਤਾਂ ਹੀ ਆ ਦੁਨੀਆ ਹਨਾ ਸਾਡੇ ਨਾਲ ਜਿਹੜੀਆਂ ਸਾਨੂੰ ਦੱਸਿਆ ਉਹ ਕੁੜੀਆਂ ਸੀ ਉਹ ਲੰਘ ਗਈਆਂ ਉਹ ਮਤਲਬ ਗਾਹਾਂ ਜਾ ਕੇ ਫੜ ਹੋ ਗਈਆਂ ਅੱਛਾ ਫੜ ਹੁੰਦੇ ਸਖਤਾਈ ਆ ਪੁਲਿਸ ਉੱਧਰ ਲੀਵ ਸਾਰੀ ਫੜਦੀ ਆ ਅਸੀਂ ਮਤਲਬ ਜਿਹੜੀ ਇੱਕ ਦੂਜੀ ਕਿ ਤੀਜੀ ਡੌਂਕੀ ਲਾਈ ਆ ਉਹ ਵੀ ਸਾਡੇ ਥੋੜ੍ਹਾ ਏਰੀਆ ਤਾਂ ਨਹਿਰ ਅਸੀਂ ਤੁਰੇ ਜਾਂਦੇ ਹਾਂ ਜਿਵੇਂ ਕਿ ਲਾਈ ਹੋਈ ਡੌਂਕੀ ਉਹਨੂੰ ਪਤਾ ਹੋਣਾ ਉਹ ਮਤਲਬ ਇੱਦਾਂ ਟੈਕਸੀ ਲਾ ਕੇ ਤਾਂ ਉਹ ਇੱਦਾਂ ਨਾਲ ਇੱਦਾਂ ਨਦੀ ਜਾਂਦੀ ਆ ਥੱਲੇ ਨੂੰ ਉਹਦੇ ਨਾਲ ਇੱਦਾਂ ਥੱਲੇ ਥੱਲੇ ਤੁਰ ਕੇ ਜਾਂਦੇ ਉਹ ਇੱਕ ਟੱਪਣਾ ਹੁੰਦਾ ਮਤਲਬ ਧਰ ਪਹੁੰਚਿਆ ਅਸੀਂ ਫੜ ਹੁੰਦੇ ਰਹੇ ਹਾਂ ਇਹ ਨਹੀਂ ਪਤਾ ਪੁਲਿਸ ਕਿੱਥੋਂ ਆ ਜਾਂਦੇ ਸੀ ਉਹ ਉੱਪਰੋਂ ਉੱਚੀ ਪਹਾੜ ਤੋਂ ਦੇਖ ਲੈਂਦੇ ਆ ਇਹ ਬੰਦੇ ਆਉਂਦੇ ਆ ਹੁਣ ਜੀ ਸਾਨੂੰ ਮੋਹਰੇ ਆਣ ਕੇ ਮਿੰਟ ਇੱਕ ਜੱਫਾ ਲਾਉਂਦੇ ਆ ਬਸ ਮੋਹਰੇ ਖੜ ਜਾਂਦੇ ਆਣ ਕੇ ਸਹੀ ਆ ਤੇ ਚਾਰ ਕੁੱਟਦੇ ਵੀ ਚਲੋ ਚਾਰ ਡੌਂਕੀਆਂ ਲਾਈਆਂ ਤੇ ਫਿਰ ਤੁਸੀਂ ਆ ਗਏ ਵਾਪਸ ਪਰ ਆ ਨਹੀਂ ਸਕਦੇ ਸੀਗੇ ਜਿਹੜਾ ਫਸ ਗਿਆ ਉਹ ਆ ਨਹੀਂ ਸਕਦਾ ਇੱਕ ਸਾਡੇ ਕੋਲ ਤਾਂ ਇੱਕ ਮਤਲਬ ਏਜੰਟ ਦੀ ਨਾਵ 'ਚ ਫੜ ਹੋ ਗਏ ਸੀ ਮਤਲਬ ਉਹਨੂੰ ਮਤਲਬ ਭੇਜਣਾ ਹੀ ਪੈਣਾ ਸੀ ਨਹੀਂ ਤਾਂ ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਲਓ ਸਾਡੇ ਤੇ ਪਿੱਛੇ ਉਹਨੇ ਘਰ ਕਹਿ ਦਿੱਤਾ ਸੀ ਉਹ ਤਾਂ ਸਿਰਫ ਉਹਦੇ ਮਤਲਬ ਅਸੀਂ ਪੈਸੇ ਦਿੰਦਿਆਂ ਨੇ ਵੀਡੀਓ ਬਣਾਈ ਉਹ ਸੀਗੀ
ਜਿੱਥੇ ਤੁਸੀਂ ਪੈਸੇ ਰੱਖ ਗਏ ਸੀਗੇ ਜਦੋਂ ਉੱਥੋਂ ਪੈਸੇ ਲੈਣ ਆਇਆ ਏਜੰਟ ਤਾਂ ਤੁਸੀਂ ਵੀਡੀਓ ਬਣਾ ਲਈ। ਅਸੀਂ ਏਜੰਟ ਨੂੰ ਨੀ ਕਿਸੇ ਬੰਦੇ ਦਿੱਤੇ ਅਸੀਂ ਪੈਸੇ, ਬਾਕਮ ਨੂੰ, ਉਹਦੇ ਬਾਕਮ ਨੂੰ ਕਿਸੇ ਦੇ ਘਰ ਰੱਖੇ ਸੀਗੇ ਬੁੜੀ ਕੋਲ। ਅੱਛਾ, ਉਹਦੇ ਗਾਂ ਰਿਸ਼ਤੇਦਾਰ ਸੀ ਉਹ। ਅਸੀਂ ਸਾਜੇ, ਉਹ ਸਾਡੇ ਬੰਦਿਆਂ ਨੇ ਜਾ ਕੇ ਸਾਜਰੇ ਪੈਸੇ ਉੱਥੋਂ ਚੱਕ ਲਏ। ਸਾਡੇ ਭਾਜੀ ਉਹਨਾਂ ਦਾ ਧੰਨਵਾਦ ਜੀ ਨੀ, ਏਦਾਂ ਮੈਂ ਚੱਕ ਲਿਆ ਉਹਨਾਂ ਜਾ ਕੇ ਪੈਸੇ। ਉਹਨੇ ਸਵੇਰੇ ਗਏ, ਉਹ ਸੁੱਤੇ ਪਿਆ ਸੀ, ਅਗਲੇ ਕਹਿੰਦੇ ਉਹ ਕਹਿੰਦੇ ਪੈਸੇ ਦੇ ਦਿਓ ਵੀ ਕੋਈ ਗੱਲ ਨੀ ਵੀ ਸਾਡੇ ਬੰਦੇ ਬਾਪ। ਉਹਨੇ ਚੱਕ ਕੇ ਪੈਸੇ ਫੜਾ ਤੇ, ਮਤਲਬ ਪਹਿਲਾਂ ਜੋ ਦਿੱਤੇ ਸੀ ਉਦੋਂ ਵੀਡੀਓ ਬਣਾਈ ਸੀ। ਓਕੇ, ਜਦੋਂ ਨਹੀਂ ਲੈ ਕੇ ਆਉਂਦੇ ਉਦੋਂ ਵੀਡੀਓ ਬਣਾਈ ਨਹੀਂ ਸੀ। ਓਕੇ ਓਕੇ, ਉਹ ਫਿਰ ਏਜੰਟਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਤੱਤੇ ਬਹੁਤ ਹੋਣ, ਤੁਸੀਂ ਪੈਸੇ ਚੱਕ ਲੈਂਦੇ, ਤੁਸੀਂ ਕੌਣ ਹੁੰਦੇ ਆ ਪੈਸੇ ਚੱਕਣ ਵਾਲੇ, ਅਤੇ ਉਹ ਕਹਿੰਦਾ ਵੀ ਇੱਦਾਂ ਦਾ ਕਰਕੇ ਉਹ ਤੁਹਾਡੇ ਸਾਹਮਣੇ ਆ ਵੀ ਤੁਹਾਡੀ ਡੇਢ ਘੰਟੇ ਦੀ ਗੱਲ ਆ, ਸਾਡੇ ਅਸੀਂ ਤਾਂ ਪਤਾ ਕਿੰਨੇ ਕਿਲੋਮੀਟਰ ਚੱਲ ਹਟੇ ਵੀ ਅਸੀਂ ਨਹੀਂ ਮੁੰਡੇ ਭੇਜਣੇ। ਉਹ ਕਹਿੰਦਾ ਵੀ ਜੇ ਤੁਹਾਡੇ ਇੰਨੀ ਹੈ ਤਾਂ ਵੀ ਤੁਸੀਂ ਮੁੰਡੇ ਮੰਗਾ ਕੇ ਦੇਖ ਲਓ। ਉਹ ਸਾਨੂੰ ਹੀ ਪਤਾ ਸੀ, ਅਸੀਂ ਨਹੀਂ ਪਾਉਂਦੇ, ਪਿੱਛੇ ਆਉਣਾ ਬਹੁਤ ਔਖਾ, ਪਾਸਪੋਰਟ ਸਾਡੇ ਕੋਲ ਸਹੀ ਨਹੀਂ ਸੀ। ਅੱਛਾ, ਉਹ ਤਾਂ ਸਿਰਫ ਉਹ ਜਿੱਦਾਂ ਸਾਡੇ ਦੋ ਬੰਦੇ ਨੇ 8 ਲੱਖ ਰੁਪਏ ਦਿੱਤਾ ਸੀਗਾ, ਉਹ ਚੱਕ ਲੈਂਦਾ। ਉਹ ਫਿਰ ਏਜੰਟਾਂ ਨੂੰ ਦੱਸਿਆ ਵੀ ਅਸੀਂ ਉਹ ਤੁਹਾਡੀ ਜਿਹੜੀ ਜਨਾਨੀ ਆ ਉਹ ਇਸ ਮਾਮਲੇ 'ਚ ਜਾਊਂਗੀ। ਅੱਛਾ, ਜਦੋਂ ਜਿਹੜੀ ਪੈਸੇ ਲੈਣ ਆਈ ਸੀ, ਪੈਸੇ ਜਿਹਨਾਂ ਘਰ ਦੇ ਕੇ ਆਉਂਦੇ ਆ ਵੀ ਅਸੀਂ ਆਹ ਪੈਸੇ ਦਿੱਤੇ ਆ ਮੁੰਡੇ ਕਰਕੇ ਦਿੱਤੇ ਆ, ਉਹ ਪੈਸੇ ਅਸੀਂ ਵਿੱਚ ਰਿਕਾਰਡਿੰਗ ਕੀਤੀ ਹੋਈ ਸੀ ਉਹ ਭਾਜੀ ਹੋਣੀ ਪੈਸੇ ਦੇਣ ਵੇਲੇ ਵੀ ਆਹ ਮੁੰਡੇ ਦੇ ਪੈਸੇ ਇੰਨੇ ਉਹਦੇ ਇੰਨੇ ਉਹਦੇ ਆ, ਇਹ ਮੁੰਡੇ ਜਦੋਂ ਬਾਹਰ ਪਹੁੰਚ ਗਿਆ ਫੇਰ ਤੁਹਾਡੇ ਆ। ਉਹ ਪੈਸੇ ਚੱਕ ਲੈਂਦੇ ਸੀਗੇ, ਉਹ ਫਿਰ ਉਹ ਕਹਿੰਦੇ ਵੀ ਅਸੀਂ ਥਾਣੇ ਰਿਪੋਰਟ ਦੇ ਦੇਣੀ ਆ ਸਾਨੂੰ, ਉਹ ਬੁੜੀ ਜਿਹੜੀ ਜਿਹਨੇ ਕੋਈ ਦਿੱਤੇ ਉਹ ਚੱਕ ਹੋ ਜਾਣੀ ਆ, ਮੁੰਡੇ ਕਿੱਥੇ ਆ। ਉਹ ਫਿਰ ਤਾਂ ਕਰਕੇ ਸਾਨੂੰ ਪਿੱਛੇ ਆਉਣਾ, ਸਾਡੇ ਨਾਲ ਦਾ ਜਿਹੜਾ ਮੁੰਡਾ ਸੀ ਮੇਰੇ ਉਹ ਕਵੈਤ ਦਾ ਸੀ, ਉੱਥੇ ਉਹਦਾ ਕੰਮ ਵਧੀਆ ਸੀ, ਬੋਰਮੈਨ ਸੀਗਾ ਉਹ, 1 ਲੱਖ ਰੁਪਏ ਉਹ ਚੱਕਦਾ ਹੁਣ। ਤੇ ਉਹਦੇ ਮਤਲਬ ਉਹਦੇ ਪਾਸਪੋਰਟ ਤੇ ਉਹਨੇ ਜਦੋਂ ਪਾਸਪੋਰਟ ਦਿੱਤਾ ਉਹਦਾ ਵੀਜ਼ਾ ਪੜਤਾ। ਅੱਛਾ, ਉਹ ਮਤਲਬ ਉਹਨੇ ਵੀਜ਼ਾ ਪੱਟ ਕੇ ਉਹਨੂੰ ਦਿੱਤਾ, ਉਹਨੇ ਦੇਖਿਆ ਤਾਂ ਉੱਥੇ ਤਾਂ ਹੈ ਨਹੀਂ। ਜਦੋਂ ਇੱਥੇ ਕਵੈਤ ਚੜਿਆ ਇੱਥੇ ਦਿੱਲੀ, ਜਦੋਂ ਮਤਲਬ ਉਹਨੇ ਟਿਕਟ ਟੁਕਟ ਲਈ ਆ ਤੇ ਉਹ ਨਹੀਂ ਤਾਂ ਨਿਕਾਲ ਤਾ ਉਹਨੇ ਵੀਜ਼ਾ ਦਿਖਾਲ ਕੇ, ਜਦੋਂ ਉੱਤੇ ਕਵੈਤ ਉਤਰਿਆ ਉਹ ਗਾਹਾਂ ਉਹਨੂੰ ਉਹਦਾ ਆਣ ਕੇ ਮਾਲਕ ਲੈ ਗਿਆ, ਗਾਹਾਂ ਉਹਦਾ ਦੁਬਾਰਾ ਵੀਜ਼ਾ ਲਗਾ। ਠੀਕ ਠੀਕ ਠੀਕ, ਹਾਂਜੀ, ਬਾਕੀ ਇਹੀ ਆ ਜੀ, ਆਪਾਂ ਚਾਹੁੰਦੇ ਹਾਂ ਡੌਂਕੀ ਨਾ ਲਾਓ ਤਾਂ ਵਧੀਆ ਆ, ਵੀ ਜੇ ਮਾ ਉੱਥੇ ਲੋਕੀ ਤੜਫਦੇ ਵੀ ਅਸੀਂ ਦੇਖੇ ਆ, ਬਹੁਤ ਦੁਨੀਆਂ ਭੁੱਖੀ ਆ, ਮਾਰ ਇਹ ਤਾਂ ਚਲੋ ਅਸੀਂ ਤਾਂ ਕਹਿ ਲਓ ਵੀ ਚਲ ਚੰਗਾ ਕੁਝ ਕਰ। ਤੇ ਕਿੰਨਾ ਨੁਕਸਾਨ ਹੋਇਆ? ਨੁਕਸਾਨ ਮੇਰਾ 3 ਲੱਖ ਦਾ ਹੋਇਆ। ਅੱਛਾ, ਤੁਸੀਂ ਜਿਹੜੀ ਏਜੰਟਾਂ ਨਾਲ 6.5 ਲੱਖ ਦੀ ਗੱਲ ਕੀਤੀ ਉਹ ਸੀ, ਫਿਰ ਵੀ 3 ਲੱਖ ਰੁਪਏ ਵਾਪਸ ਤੁਹਾਨੂੰ ਨਹੀਂ ਮੁੜਿਆ ਜਿਹੜੇ ਤੁਸੀਂ 2-2 ਹਜ਼ਾਰ ਯੂਰੋ ਕੋਲ ਲੈ ਗਿਆ? ਉਹ ਵੀ ਹੁਣ ਦਿੱਤੇ ਆ, ਉਹਦਾ 1.5-2 ਲੱਖ ਫਿਰ ਹੁਣ। ਬਾਕੀ ਉੱਥੇ ਵੀ ਅਸੀਂ ਹੋਟਲ 'ਚ ਵੀ ਰਹੇ ਹਾਂ, ਸਾਡੇ ਹੋਰ ਵੀ ਖਰਚੇ ਹੁਣ ਟਿਕਟਾਂ ਆਉਣ ਲੱਗੀਆਂ ਨੇ ਵੀ ਲਾਈਆਂ, ਉਹਨਾਂ ਦਾ 3 ਲੱਖ ਰੁਪਈਆ ਖਰਾਬ ਹੋ ਗਿਆ। 3 ਲੱਖ ਰੁਪਈਆ ਤੇ ਟੋਟਲ ਕਿੰਨੇ ਦਿਨ? 2 ਮਹੀਨੇ। ਅੱਛਾ, 3 ਲੱਖ ਰੁਪਈਆ ਤੇ 2 ਮਹੀਨੇ ਤੁਸੀਂ ਖਰਾਬ ਕਰਕੇ ਵਾਪਸ ਪੰਜਾਬ ਮੁੜਿਆ? ਤੇ ਕਿ ਮਹੀਨਾ ਭਰ ਅਸੀਂ ਆਹ ਖੱਜਲ ਖਰਾਬ ਹੀ ਹੁੰਦੇ ਰਹੇ ਹਾਂ। ਤੇ ਇਹ ਸੀਗਾ ਜੀ ਸਾਡੇ ਨਾਲ ਦੀਪਾ ਭਾਜੀ, ਤੇ ਆਸ ਕਰਦੇ ਹਾਂ ਤੁਹਾਨੂੰ ਕੋਈ ਗੱਲਬਾਤ ਚੰਗੀ ਲੱਗੀ ਹੋਊਗੀ। ਤੇ ਜਿਹੜੇ ਭਰਾ ਡੌਂਕੀਆਂ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਮੈਂ, ਕਿਉਂਕਿ ਮੇਰਾ ਸਿਰਫ ਵੀਡੀਓ ਬਣਾਉਣ ਦਾ ਇੱਕੋ ਹੀ ਕਾਰਨ ਸੀਗਾ, ਮੈਨੂੰ ਅੱਜ ਹੀ ਪਤਾ ਲੱਗਾ, ਇਹ ਕਿਸੇ ਨੇ ਦੱਸਿਆ ਵੀ ਸਾਡੀ ਦੂਰ ਦੀ ਰਿਸ਼ਤੇਦਾਰ ਦੇ ਵਿੱਚੋਂ ਕੁੜੀ ਇਕੱਲੀ ਡੌਂਕੀ ਲਾਉਣਾ ਚਾਹੁੰਦੀ ਆ ਵੀ ਇਟਲੀ ਜਾਣਾ 7.5 ਲੱਖ ਦੇ ਵਿੱਚ। ਫਿਰ ਮੈਂ ਭਾਈ ਨੂੰ ਕਿਹਾ ਵੀ ਨਹੀਂ ਭਾਜੀ ਯਾਰ, ਆਪਾਂ ਅੱਜ ਟਾਈਮ ਦੇ ਤੇ ਆਪਾਂ ਵੀਡੀਓ ਬਣਾਉਣੀ ਆ, ਤੇ ਇੱਕ ਡੌਂਕੀ ਦੀ ਇਹ ਵਾਲੀ ਵੀਡੀਓ, ਅਤੇ ਇੱਕ ਭਰਾ ਇੱਕ ਲਾਸਟ ਮੈਂ ਕੁਛ ਦਿਨ ਪਹਿਲਾਂ ਦੁਬਈ ਗਿਆ ਸੀ, ਅਤੇ ਦੁਬਈ ਦੇ ਵਿੱਚ ਵੀ ਮੁੰਡਾ ਅਰਮਾਨੀਆ ਦੇ ਵਿੱਚ ਵਰਕ ਪਰਮਿਟ 'ਤੇ ਗਿਆ ਸੀਗਾ, ਫਿਰ ਉਹ ਅਰਮਾਨੀਆ ਤੋਂ ਕਿੱਦਾਂ ਕਿੱਦਾਂ ਉਹਨੇ ਡੌਂਕੀ ਲਾਈ ਆ, ਉਹ ਵੀ ਸਾਰੀ ਵੀਡੀਓ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗੀ। ਅਤੇ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ, ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ।